श्री नानक पद पंकज बंदन सिमरौ अंगद दुख निकंदन अमरदास गुरु हृदय नित त्यां श्री गुरु रामदास गुण गाओ गुरु अर्जन विघ्नन विनाशक श्री गुरु हर गोबिंद शुभ समत प्रकाशक गुरु हर राय नमो कर जोरी श्री हर कृष्ण मनाए बहोरी तेग बहादुर गुर परम कृपाला श्री गुरु गोविंद सिंह साहिब विशाला तरों तरा तर पुन पुन शीसा बंदों बार बार जगदीशा जिसमें अमृत ज्ञान है माणक भगत वैराग श्री गुरु ग्रंथ साहिब उदत बंदों संतन को वंदना सिर चरणन पर धार एकंकार सतगुरु ते प्रसाद सच होए वाहे गुरु जी की फतेह विघ्न विनाशन सोए एकंकार सतगुरु ते बखान बलवाना लीने संग खान असमाना मसलत करत लरन की चाले मार्ग अर्ध गए चल जब मिलियो मलक दतार सो तब पैदा कुतब खान बलवाना लीने संग खान असमाना वाहे गुरु जी का खालसा वाहे गुरु जी की फतेह पतत पावन भगत वत्सल कृपा निदान जुग जुग अटल परम सम्मान जोग सत्कार जोग तन तन आदि श्री गुरु ग्रंथ साहिब महाराज जी दे परम पवित्र हजूरी दे अंदर तन तन श्री गुरु तेग बहादुर साहिब जी महाराज जी दे परम पवित्र तप अस्थान गुरुद्वारा श्री भोरा साहिब जी विखे दर्शन दीदारे कर रहे गुरां दे हजूर हाजरियां भर रहे गुरु का खास रूप खालसा साध संगत जी सतगुरां दी बख्शिश होई है जो लड़ीवार गुरु इतिहास की कथा विचार अंदर हाजरी भरन का समा मिलिया है
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਪ੍ਰਸੰਗ ਸਰਵਣ ਕਰ ਰਹੇ ਹਾਂ। ਗੱਲ ਇੱਥੋਂ ਤੀਕਰ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਨਿੰਦਾ ਕੀਤੀ, ਵਕੀਲ ਅਨਵਰ ਖੋਜੇ ਨੇ ਆਪਣੀ ਨਿੰਦਾ ਤੀਕਰ, ਤਾਂ ਗੁਰੂ ਹਰਗੋਬਿੰਦ ਸਾਹਿਬ ਸ਼ਾਂਤ ਰਹੇ, ਪਰ ਵੱਡੇ ਸਤਿਗੁਰਾਂ ਦੀ ਨਿੰਦਾ ਨਹੀਂ ਮਹਾਰਾਜ ਨੇ ਸੁਣੀ। ਵੀ ਰਸ ਵਿੱਚ ਆ ਕੇ ਇਸ਼ਾਰਾ ਕੀਤਾ ਵੀ ਇਹ ਨਿੰਦਕ ਦੇ ਜੁੱਤੀਆਂ ਮਾਰੋ, ਜਿਹੜਾ ਜੁੱਤੀਆਂ ਮਾਰੂਗਾ ਉਹਤੇ ਸਾਡੀ ਬਹੁਤੀ ਖੁਸ਼ੀ ਹੋਵੇਗੀ। ਬਾਬਾ ਵਿਧੀ ਚੰਦ ਅਰਗੇ ਹੋਰ ਅਨੇਕਾਂ ਬਲੀ ਸੂਰਮੇ ਉੱਠੇ, ਬਾਹਾਂ ਜੀ ਮਰੋੜ ਕੇ ਵਿਧੀ ਚੰਦ ਜੀ ਨੇ ਅੱਗੇ ਤੋਰ ਲਿਆ, ਇੱਕ ਪਾਸੇ ਜੇ ਲੈ ਕੇ ਦੀਵਾਨ ਵਿੱਚੋਂ ਸੰਗਤ ਦੇ ਓਹਲੇ ਜੇ ਲੈ ਕੇ ਬਾਂਹ ਮਰੋੜੀ ਆ, ਅਤੇ ਨਾਲ ਹੀ ਗਿੱਚੀ ਦੇ ਮਾਰ ਕੇ ਇੱਕ ਚਪੇੜ ਜਿਹੜਾ ਇਹਨੇ ਮੜਾਸਾ ਜਿਹਾ ਕੀਤਾ ਸੀ, ਪੱਗ ਜੀ ਲਾ ਕੇ ਸੁੱਟਤੀ, ਨਾਲ ਹੀ ਉੱਚੀ ਕਰਕੇ ਲੱਤ ਮਾਰੀ ਲੱਕ ਦੇ ਵਿੱਚ ਅਤੇ ਹੇਠੇ ਲੰਮੇ ਪਾ ਲਿਆ। ਜਿੱਥੇ ਵੱਜਦੀਆਂ ਨੇ, ਜਿੱਥੇ ਜ਼ੋਰ ਚੱਲਦਾ, ਸੂਰਮਿਆਂ ਨੇ ਚੰਗੀ ਇਹਦੀ ਸੇਵਾ ਕੀਤੀ, ਭੁਗਤ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਇਸੇ ਵਿੱਚ ਹੀ ਆਪਣੇ ਮਹਿਲਾਂ ਵਿੱਚ ਚਲੇ ਗਏ। ਜਦੋਂ ਬਹੁਤੀ ਜੁੱਤੀਆਂ ਦੀ ਮਾਰ ਪਈ, ਬੇਹੋਸ਼ ਜਿਹਾ ਹੋ ਗਿਆ ਅਨਵਰ ਖੋਜਾ, ਜਾਤੀ ਮਲਕ ਸਿੱਖ ਨੇ ਵੇਖ ਕੇ ਵੀ ਕਿਤੇ ਮਾਰੀ ਨਾ ਜਾਵੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਕਿਹਾ, ਮਹਾਰਾਜ ਛਡਾਓ, ਬਥੇਰੀ ਉਹਦੀ ਹੋ ਗਈ, ਉਹਦੀ ਝਾੜ ਝੰਮ ਜਿੰਨੀ ਨਿੰਦਕ ਦੀ ਆਉਣੀ ਚਾਹੀਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਦਾ ਬਚਨ ਸੁਣ ਕੇ ਕਿਰਪਾ ਕੀਤੀ, ਨਾਲ ਹੀ ਉਹ 1500 ਰੁਪਈਆ ਜਿਹੜਾ ਹਾਰ ਗਿਆ ਸੀ ਖੇਡ ਦੀ ਵਿੱਚ, ਬਾਜੀ ਜੀ ਖੇਡਦੇ ਆ, ਉਹ ਵੀ ਵਾਪਸ ਕਰਾਇਆ। ਜਾ ਕੇ ਇਹਦੀ ਪੱਗ ਜੀ ਬੰਨ੍ਹੀ, ਕੱਪੜੇ ਝਾੜੇ, ਮੂੰਹ 'ਚ ਪਾਣੀ ਪਾਇਆ, ਮੂੰਹ ਧੋਤਾ ਸਾਫ਼, ਹੋਸ਼ ਦੇ ਵਿੱਚ ਲਿਆ ਕੇ ਸਾਫ਼ ਸੁਥਰਾ ਜਿਹਾ ਬਣਾ ਕੇ ਜਾਤੀ ਮਲਕ ਨੇ ਇਹਨੂੰ ਕਿਹਾ ਵੀ ਛੇਤੀ ਚਲੇ ਜਾਏ, ਨਾ ਹੋਵੇ ਵੀ ਫਿਰ ਮਹਾਰਾਜ ਦਾ ਮਨ ਬਦਲ ਜੇ। ਛੇਤੀ ਦੇ ਨਾਲ ਜਿਹੜੇ 2-4 ਦਾਸ ਆਏ ਸੀ ਉਹ ਲੈ ਕੇ ਜਲੰਧਰ ਨੂੰ ਤੁਰ ਪਿਆ ਅਨਵਰ ਖੋਜਾ। ਰਾਹ ਵਿੱਚ ਇਹੀ ਸਾਥੀਆਂ ਨੂੰ ਕਹਿੰਦਾ ਵੀ ਦੱਸਿਓ ਨਾ ਕਿਸੇ ਨੂੰ ਵੀ ਇਹਨੂੰ ਘੁੱਟ ਪਈ ਸੀ ਉੱਥੇ, ਅਤੇ ਮੇਰੀ ਉਹ ਨਰਾਦਰੀ ਜੀ ਕਰਨਗੇ, ਹਾਸੀ ਕਰਨਗੇ ਵੀ ਤੂੰ ਚੰਗਾ ਸੂਰਮਾ ਵੀ ਛੱਤਰ ਖਾ ਕੇ ਆ ਗਿਆ। ਕਹਿੰਦਾ ਵੀ ਇਹ ਗੱਲ ਗੁਪਤ ਹੀ ਰਹੇ ਹੁਣ, ਅਤੇ ਇੱਦਾਂ ਸੋਚਦਾ ਜਾਂਦਾ ਵੀ ਇਹੋ ਜਿਹੇ ਹਿਸਾਬ ਨਾਲ ਗੱਲ ਕਰਾਂ ਵੀ ਰਾਤ ਦੀ ਜੰਗ ਕਰਨ ਲਈ ਫੌਜ ਚੜ੍ਹਾ ਕੇ ਲੈ ਆਵਾਂ ਮੈਂ, ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰ ਕੇ ਜਾਂ ਫੜ ਕੇ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਲਵਾਂਗਾ। ਇਸ ਤਰ੍ਹਾਂ ਸੋਚਦਾ ਆਇਆ, ਰਾਤ ਜੇ ਦਾ ਸਮਾਂ ਹੋਇਆ, ਪੁਸ਼ਾਕ ਬਦਲ ਕੇ ਪੱਗ ਬਦਲ ਕੇ ਕਾਲੇ ਖਾਂ ਕੋ ਗਿਆ। ਉਹ ਕਹਿੰਦਾ ਹਾਂ ਵੀ ਅਨਵਰ ਖੋਜੇ ਕੀ ਖਬਰ ਲਿਆਇਆ ਗੁਰੂ ਹਰਗੋਬਿੰਦ ਸਾਹਿਬ ਦੀ ਕਰਤਾਰਪੁਰੋਂ? ਕਹਿੰਦਾ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈ, ਉਹਨਾਂ ਨੂੰ ਨਹੀਂ ਪਤਾ, ਉਹਦੇ ਨਿਸ਼ਚਿੰਤ ਹੋ ਕੇ ਬਸ ਬੈਠੇ ਹੈ, ਆਪਾਂ ਹੱਲਾ ਕਰ ਦਈਏ ਰਾਤ ਉਹਨਾਂ ਦੇ ਬੇਫਿਕਰਿਆਂ ਦੇ ਉੱਤੇ ਹੀ, ਅਤੇ ਜਾ ਕੇ ਰਾਤ ਹੀ ਮੈਦਾਨ ਫਤਿਹ ਕਰ ਲਈਏ। ਇਵੇਂ ਗੱਲਾਂ ਜੀਆਂ ਬਣਾ ਕੇ ਦੱਸੀਆਂ ਵੀ ਹੁਣ ਸਾਵਧਾਨ ਨਹੀਂ ਹਨ। ਅਤੇ ਸਿਆਣੇ ਕਹਿੰਦੇ ਜਦੋਂ ਅੱਗ ਦੀ ਚੰਗਿਆੜੀ ਜੀ ਹੋਵੇ ਉਦੋਂ ਬੁਝਾਉਣੀ ਸੌਖੀ ਹੈ, ਅਤੇ ਜਦੋਂ ਉਹ ਕਦੇ ਜੰਗਲ ਨੂੰ ਅੱਗ ਲੱਗ ਜੇ ਚੰਗਿਆੜੀ ਤੋਂ ਫਿਰ ਔਖਾ ਕੰਮ ਹੈ। ਹੁਣ ਗੁਰੂ ਜਿਹੜਾ ਹੈ ਉਹਨੂੰ ਕੁਝ ਨਹੀਂ ਪਤਾ ਸਾਡੇ ਆਏ ਦਾ, ਇਹ ਸਮਝੋ ਵੀ ਚੰਗਿਆੜੀ ਹੈ। ਜੇ ਪਤਾ ਲੱਗ ਗਿਆ ਫਿਰ ਭਾਂਬੜ ਮੱਝ ਜਾਣੇ, ਅੱਗੋਂ ਜਵਾਬ ਦਊਗਾ, ਫਿਰ ਲੜਨਾ ਆਪਣਾ ਔਖਾ ਹੋ ਜਾਊਗਾ। ਕਾਲੇ ਖਾਨ ਨੂੰ ਇੱਦਾਂ ਪ੍ਰੇਰਿਆ, ਪੈਂਦੇ ਖਾਨ ਨੇ ਵੀ ਹਾਮੀ ਭਰੀ, ਉਹ ਨਿਮਖਰ ਹਾਮੀ ਤਾਂ ਪਹਿਲਾਂ ਹੀ ਚਾਹੁੰਦਾ ਸੀ ਵੀ ਛੇਤੀ ਹੋਵੇ ਵੀ ਇੱਦਾਂ ਹੀ ਕਰੀਏ, ਅਤੇ ਉਹਨੇ ਕੁਤਬ ਖਾਂ ਜਲੰਧਰ ਦੇ ਸੂਬੇ ਦੀ ਵੀ ਹਾਮੀ ਲਈ ਵੀ ਹਾਂ ਕੁਤਬ ਖਾਂ ਤੂੰ ਦੱਸ ਕਿਵੇਂ ਕਰਨਾ ਚਾਹੀਦਾ। ਉਹ ਵੀ ਕਹਿੰਦਾ ਵੀ ਗੁਰੂ ਬੜਾ ਬਲੀ ਹੈ, ਵੀ ਵਾਕਈ ਜੇ ਉਹਨੂੰ ਪਤਾ ਲੱਗ ਗਿਆ ਆਪਣੇ ਆਉਣ ਦਾ ਤਾਂ ਬੜੇ ਮਾਰੇਗਾ ਸਾਡੇ ਸਿਪਾਹੀਆਂ ਨੂੰ, ਰਾਤ ਸੁੱਤੇ ਹੀ ਜਾ ਪਈਏ ਅਤੇ ਆਪਾਂ ਜਿੰਨੇ ਵੀ ਸਿੱਖ ਆ ਉਹਨਾਂ ਨੂੰ ਮਾਰਾਂਗੇ ਅਤੇ ਪੈਂਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲਊਗਾ। ਐਵੇਂ ਗੁਰੂ ਨੂੰ ਤਾਂ ਘੋੜੇ ਦੇ ਸਮੇਤ ਸ਼ਾਹਜਹਾਨ ਦੇ ਕੁੱਲ ਜਾ ਕੇ ਅਤੇ ਆਪਾਂ ਮਰਾਤਬੇ ਹਾਸਲ ਕਰਾਂਗੇ। ਐਵੇਂ ਸਾਰਿਆਂ ਦੀ ਹਾਮੀ ਜੀ ਹੋ ਗਈ, ਇਸ ਤਰ੍ਹਾਂ ਰਹਿ ਜੀ ਬਣ ਗਈ ਵੀ ਰਾਤ ਹੀ ਚੜ੍ਹਨਾ ਚਾਹੀਦਾ ਹੈ। ਰਾਤ ਦੇ ਸਮੇਂ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ 'ਤੇ ਚੜ੍ਹਾਈ ਕਰਨ ਦੇ ਲਈ ਨਗਾਰੇ ਵੱਜ ਗਏ, ਫੌਜਾਂ ਇਕੱਠੀਆਂ ਹੋ ਗਈਆਂ। ਜੇ ਕੋਈ ਪੁੱਛਦਾ ਤਾਂ ਭੇਦ ਨਹੀਂ ਦਿੰਦੇ, ਕਹਿੰਦੇ ਵੀ ਰੋਪੜ ਦਾ ਕੋਈ ਫਕੀਰ ਹੈ ਉਹਨੂੰ ਜਾ ਕੇ ਭੇਡਾ ਚੜ੍ਹਾਉਣੀ ਹੈ, ਕਾਲੇ ਖਾਂ ਨੇ ਤਾਂ ਚੱਲੇ ਹੈ। ਲਾਹੌਰ ਤੋਂ ਜਦੋਂ ਤੁਰੇ ਸੀ ਉੱਥੋਂ ਹੀ ਇੱਦਾਂ ਹੀ ਦੱਸਦੇ ਆਏ ਵੀ ਨਹੀਂ
ਅਸੀਂ ਤਾਂ ਕਿਸੇ ਫਕੀਰ ਕੋਲ ਚੱਲੇ ਹਾਂ ਫੌਜ ਦੇ ਸਮੇਤ, 52,000 ਕਾਲੇ ਖਾਨ ਦੇ ਨਾਲ, ਅਤੇ ਫਿਰ 12,000 ਜਲੰਧਰ ਦੇ ਸੂਬੇ ਦੇ, 11,000 ਦੁਆਬੇ ਤੋਂ ਇਕੱਠੇ ਕੀਤੇ ਜਿਹੜੇ ਪੈਂਦੇ ਖਾਨ ਦੇ ਸਮੇਤ ਪਠਾਣ, ਇੱਧਰੋਂ ਉੱਧਰੋਂ ਹੋਰ ਲੁਟੇਰੇ ਚੋਰ ਡਾਕੂ ਵੀ ਆ ਰਲੇ, 75,000 ਤਾਂ ਟ੍ਰੇਨਡ ਫੌਜ ਹੋ ਗਈ, ਅਤੇ ਇਹ ਤੋਂ ਅਲੈਦਾ ਵੀ ਹੋਰ ਜਿਹੜੇ ਚੋਰ ਡਾਕੂ ਰਲੇ ਨੇ, 100,000 ਤੋਂ ਥੋੜ੍ਹਾ ਜਿਹਾ ਘੱਟ ਇਹਨੇ ਸਾਰੇ ਇਕੱਠੇ ਹੋ ਕਰਕੇ ਬੜੇ ਅਭਿਮਾਨ ਵਿੱਚ ਫੁੱਲੇ ਹੋਏ ਵੀ ਗੁਰੂ ਨੂੰ ਅਸੀਂ ਰਾਤ ਹੀ ਮਾਰ ਲੈਣਾ ਹੈ, ਤੁਰੇ ਹਨ। ਅਤੇ ਕਵੀ ਜੀ ਨੇ ਕਿਹਾ ਵੀ ਇਹ ਤੁਰਦੇ ਸਮੇਂ ਜਿਹੜੇ ਅਪਸ਼ਗਨ ਜੇ ਹੋਏ ਨੇ ਇਹਨਾਂ ਨੂੰ, ਵੀ ਉੱਲੂ ਬੋਲੇ ਹਨ, ਤਾਰੇ ਡਿੱਗਦੇ ਦਿਖੇ ਨੇ, ਖੱਬੀ ਅੱਖ ਸਾਰਿਆਂ ਦੀ ਫਰਕੀ ਹੈ, ਗਿੱਦੜੀਆਂ ਮੂੰਹ 'ਚੋਂ ਚੰਗਿਆੜੇ ਜੇ ਕੱਢਦੀਆਂ ਨੇ, ਐਵੇਂ ਜਨਾਨੀਆਂ ਰੋਂਦਿਆਂ ਜਿਹੀਆਂ ਮਿਲੀਆਂ ਨੇ, ਜੋ ਕੁਝ ਵੀ ਅਪਸ਼ਗਨ ਮੰਨੇ ਨੇ ਜਿਨ੍ਹਾਂ ਕਰਕੇ ਇਹ ਡਰਦੇ ਹਨ। ਜੇ ਕੋਈ ਸਵਾਲ ਕਰੇ ਵੀ ਅਪਸ਼ਗਨ ਹੁੰਦੇ ਆ, ਹਾਂ ਮਹਾਰਾਜ ਕਹਿੰਦੇ ਹੁੰਦੇ, ਪਰ ਲੱਗਦੇ ਕਿਹਨੂੰ ਹੈ? ਸਗਨ ਅਪਸ਼ਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ ਨਾਉ, ਜਿਹਨੂੰ ਰੱਬ ਨਹੀਂ ਚੇਤੇ ਆਉਂਦਾ, ਉਹਨਾਂ ਨੂੰ ਸਾਰਿਆਂ ਨੂੰ ਸਗਨ ਅਪਸ਼ਗਨ ਲੱਗਦੇ ਨੇ ਆ ਕੇ। ਅਤੇ ਇਸ ਤਰ੍ਹਾਂ ਇਹਨਾਂ ਦਾ ਇਹੋ ਜਿਹਾ ਹੀ ਬਹਾਨਾ ਬਣਿਆ ਵੀ ਜਿਵੇਂ ਹੁਣ ਨਹੀਂ ਬਚਦੇ, ਇਹ ਟਿੱਡੀ ਦਲ ਸਮੁੰਦਰ 'ਚ ਡੁੱਬਣ ਵਾਸਤੇ ਗੁਰੂ ਨਾਲ ਸਾਧ ਸੰਗਤ ਜੰਗ ਕਰਨ ਵਾਸਤੇ ਤੁਰੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਜਿਵੇਂ ਕਰਤਾਰਪੁਰ ਦੇ ਨੇੜੇ ਢੋਕੇ ਜੰਗ ਸ਼ੁਰੂ ਹੁੰਦਾ ਹੈ, ਇਹ ਆਉਣ ਵਾਲੇ ਸਮੇਂ 'ਚ ਅੱਜ ਆਪਾਂ ਇਤਿਹਾਸ ਸਰਵਣ ਕਰਨਾ ਆ। ਉਹ ਵੀਰ ਰਸੀ ਸਰੂਪ, ਸ਼ਸਤਰਧਾਰੀ ਸਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਣੇ ਦਿਲ 'ਚ ਵਸਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਸਤਰਧਾਰੀ ਸਰੂਪ ਦਿਲ ਵਿੱਚ ਵਸਾਉਂਦਿਆਂ ਹੋਇਆਂ, ਸੀਸ ਝੁਕਾਉਂਦਿਆਂ ਸਾਰੀ ਹੀ ਸੰਗਤ ਰਸਨਾ ਕਰੋ, ਪਵਿੱਤਰ ਰੱਖੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਂਦਾ ਕੁਤਬ ਖਾਨ ਬਲਵਾਨਾ। ਸੋ ਇਸ ਪ੍ਰਕਾਰ ਦੇ ਨਾਲ ਜਦੋਂ ਫੌਜ ਚੜ੍ਹੀ ਹੈ ਅਤੇ ਤੁਰਦੇ ਸਮੇਂ ਇਹ 100,000 ਦੇ ਕਰੀਬ ਇਹਨੇ ਆਪਣੇ ਨਾਲ ਅਸਮਾਨ ਖਾਨ, ਇਹ ਵੀ ਜਿਹੜਾ ਚੰਗਾ ਜੰਗੀ ਯੋਧਾ ਹੈ, ਇਸ ਨੂੰ ਨਾਲ ਲਿਆ ਏ। ਮਸਲਤ ਕਰਤ ਲਰਨ ਕੀ ਚਾਲੇ। ਜੰਗ ਕਰਨ ਦੀ ਸਲਾਹ ਕਰਕੇ ਸਾਰੇ ਹੀ ਜਲੰਧਰ ਤੋਂ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ। ਮਾਰਗ ਅਰਥ ਗਏ ਚੱਲ ਜਾਬੈ। ਜਦੋਂ ਅੱਧਾ ਕਰਾ ਜਲੰਧਰ ਤੋਂ ਕਰਤਾਰਪੁਰ ਸਾਹਿਬ ਵਾਲਾ ਲੰਘ ਗਏ ਨਾ ਰਾਤ ਦੇ ਸਮੇਂ, ਮਿਲਿਓ ਮਲਕ ਦਾਤਾਰ ਸੋ ਤਬੈ। ਅੱਗੋਂ ਮਲਕ ਦਾਤਾਰ ਮਿਲਿਆ ਹੈ। ਮਲਕ ਦਾ ਤਾਰ ਜਿਹੜਾ ਇਹ ਜਲੰਧਰ ਦੇ ਸੂਬੇ ਦਾ ਭਰਾ ਹੈ, ਮਲਕ ਦਾ ਤਾਰ ਅੱਗੋਂ ਆਉਣ ਮਿਲਿਆ। ਖੁਸ਼ਕ ਸੈਨ ਹੈ ਜਿਸਕੇ ਸੰਗ। ਖੁਸ਼ਕ ਫੌਜ ਇਹਦੇ ਨਾਲ ਵੀ ਹੈ, ਵੀ ਸ਼ਸਤਰਧਾਰੀ ਸੂਰਮਾ ਹੈ। ਕੋ ਭਰਾਤ ਸੋ ਅੰਗ। ਇਹਦੇ ਵੀ ਸਗਾ ਭਰਾ ਹੈ ਕੁਤਬ ਖਾਨ ਦਾ ਪਿਆਰਾ। ਕਰ ਸਲਾਮ ਕੋ ਬੂਜਤ ਖਰਿਓ। ਇਹਨੇ ਵੀ ਸਲਾਮ ਦੁਆ ਜੀ ਕੀਤੀ ਤੇ ਖਲੋ ਕੇ ਪੁੱਛਣ ਲੱਗ ਪਿਆ, ਕਿਤ ਕੋ ਸਬਨ ਪਿਆਨਾ ਕਰਿਓ। ਕਹਿਣ ਲੱਗਾ ਵੀ ਹੇ ਕੁਤਬ ਖਾਨ ਜੀ, ਇਹ ਇਸ ਵੇਲੇ ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ, ਕਿਸ ਪਾਸੇ ਨੂੰ, ਕਿਤ ਕੋ ਸਬਨ ਪਿਆਨਾ ਕਰਿਓ, ਵੀ ਇੰਨੀ ਭਾਰੀ ਗਿਣਤੀ ਵਿੱਚ ਕਿਧਰ ਨੂੰ ਚੜ੍ਹਾਈ ਕੀਤੀ ਹੈ? ਕਾਲੇ ਖਾਨ ਬੋਲਿਓ ਗਰਬਾਏ। ਕਾਲੇ ਖਾਨ ਆਪਣੇ ਭਰਾ ਦੀ ਗੱਲ ਸੁਣ ਕੇ ਉਹਨੇ ਜਦੋਂ ਪੁੱਛਿਆ ਵੀ ਕਿੱਥੇ ਚੱਲੇ ਇੰਨੀ ਫੌਜ ਲੈ ਕੇ, ਤੇ ਬੜੇ ਹੰਕਾਰ ਦੇ ਨਾਲ ਕਾਲੇ ਖਾਨ ਕਹਿਣ ਲੱਗਾ, ਕੇਹਰ ਬਲੀ ਰਹੇ ਇਸ ਥਾਂ। ਉਹਦਾ ਵੀ ਜਾਣਾ ਕਿਧਰ ਹੈ, ਵੀ ਇੱਧਰ ਕਰਤਾਰਪੁਰ ਅੱਲ ਬੜਾ ਕੇਹਰੀ ਬੱਬਰ ਸ਼ੇਰ ਰਹਿੰਦਾ ਹੈ, ਬਹੁਤ ਜੀਵ ਸੰਘਾਰਨ ਕਰੇ। ਉਹਨੇ ਬੜੇ ਜੀਵ ਸੰਘਾਰੇ ਨੇ, ਸ਼ੇਰ ਨੇ। ਸ਼ੇਰ ਗੁਰੂ ਨੂੰ ਦੱਸ ਰਿਹਾ ਹੈ ਵੀ ਬੜੇ ਜੀਵ ਪਹਿਲਾਂ ਮਾਰੇ, ਭਾਵ ਕਿ ਸਾਡੀ ਫੌਜ ਬੜੀ ਮਾਰੀ ਆ, ਵੀ ਇੱਧਰ ਸ਼ੇਰ ਵੱਸਦਾ ਹੈ, ਕਿਹੜੀ ਸ਼ੇਰ ਤੇ ਬੜੇ ਜੀਵ ਜੰਤੂ ਨੇ ਮਾਰੇ ਹਨ। ਬਲ ਧਾਰਨ ਅੱਗੇ ਅਰੇ। ਤੇ ਕੋਈ ਵੀ ਬਲ ਧਾਰ ਕੇ ਉਸ ਸ਼ੇਰ ਦੇ ਅੱਗੇ ਨਹੀਂ ਅੜ ਸਕਿਆ, ਜਿਸ ਕੇ ਹਿਤ ਸ਼ਿਕਾਰ ਕੋ ਚਾਲੇ। ਜਿਸ ਕਰਕੇ ਆ ਸਾਰੇ ਹੁਣ ਅਸੀਂ ਇਕੱਠੇ ਜੇ ਹੋ ਗਏ ਉਸ ਸ਼ੇਰ ਦਾ ਸ਼ਿਕਾਰ ਖੇਡਣ ਚੱਲੇ ਹਾਂ, ਵੀ ਸ਼ੇਰ ਦਾ
शिकार करना है सारे गिदड़ कहिंदे ने अवसंगार खोज बिसाले लब के नो बब्बर शेर नो जिने बड़े जी जंत मारे है आप जिने साड़ी फौज मारी उन लब के हुण असी मार के आवांगे वड्डे बब्बर शेर नो एम कह सुन कर हरख करंते इस तरह आपस विच कह सुन के दे हसन लग पे उची उची चलत अगारी चौपत रंते बड़ी खुशी दे नाल अगे करता ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ ਕਿਉਂਕਿ ਇਹਨਾਂ ਦੇ ਮਨ ਵਿੱਚ ਤਾਂ ਇਹੀ ਹੈ ਵੀ ਬਸ ਪਹੁੰਚਣ ਦੀ ਵੀ ਦੇਰ ਹੈ ਜੰਗ ਜਿੱਤਣ ਦੀ ਤਾਂ ਦੇਰ ਹੀ ਕੋਈ ਨਹੀਂ ਲੱਗਣੀ ਛੋਟੇ ਮੀਰ ਗ੍ਰਾਮ ਲੌਂਗਾਏ ਜਦੋਂ ਆਉਂਦੇ ਆਉਂਦੇ ਆ ਪੈਂਦੇ ਖਾਨ ਦਾ ਜਿਹੜਾ ਪਿੰਡ ਹੈ ਛੋਟੇ ਮੀਰਪੁਰ ਨਗਰ ਇਸ ਨਗਰ ਤੱਕ ਆਉਣ ਪਹੁੰਚੀ ਫੌਜ ਜਾਏ ਸੋ ਲਸ਼ਕਰ ਇੱਕ ਥਲ ਭਏ ਇੱਥੇ ਖਲੋ ਕੇ ਇਹਨਾਂ ਨੇ ਫੌਜਾਂ ਨੂੰ ਇਕੱਠਿਆਂ ਕੀਤਾ ਹੈ ਵੀ ਜਿਹੜੇ ਜਿਹੜੇ ਦੂਰ ਸੱਜੇ ਖੱਬੇ ਕਿਤੇ ਹਨ ਉਹ ਸਾਰੀ ਆਣ ਕਰਕੇ ਇੱਕ ਥਾਂ ਤੇ ਮਿਲ ਜਾਵੋ ਪਰਿਓ ਤੂਰ ਤੇ ਸੋ ਤਬ ਗ੍ਰਾਮ ਤੇ ਜਦੋਂ ਇਹ ਸਾਰੀ ਫੌਜ ਛੋਟੇ ਮੀਰਪੁਰ ਦੇ ਨਗਰ ਵਿੱਚ ਆਣ ਕੇ ਇਕੱਠੀ ਹੋ ਗਈ ਤੇ ਇਹਨਾਂ ਦੇ ਤੁਰਨੇ ਕਰਕੇ ਘੱਟਾ ਮਿੱਟੀ ਇੰਨਾ ਉੱਡਿਆ ਵੀ ਸਾਰਾ ਹੀ ਮੀਰਪੁਰ ਨਗਰ ਘੱਟੇ ਮਿੱਟੀ ਦੇ ਨਾਲ ਧੂੜ ਦੇ ਨਾਲ ਹੀ ਭਰ ਗਿਆ ਲੋਟ ਪਰੇ ਟਹਿੰਗੇ ਸਭ ਧਾਮ ਕਹਿੰਦੇ ਲੋਟੀ ਪੈ ਗਈ ਛੋਟੇ ਮੀਰਪੁਰ ਨਗਰ ਉਹ ਮਹਾਰਾਜ ਦਾ ਬਚਨ ਜੋ ਹੋਇਆ ਸੀ ਛੋਟੇ ਮੀਰਪੁਰ ਨਗਰ ਜਿਹੜੀਆਂ ਫੌਜਾਂ ਆਈਆਂ ਇਹਨਾਂ ਨੇ ਸਾਰਾ ਹੀ ਪਿੰਡ ਲੁੱਟ ਲਿਆ ਸਾਰੇ ਘਰ ਘਾਟ ਢਾ ਦਿੱਤੇ ਰਾਤ ਦਾ ਸਮਾਂ ਸੀ ਪਛਾਣਿਆ ਹੀ ਨਹੀਂ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਇਹਦੇ ਪੈਂਦੇ ਖਾਂ ਦਾ ਪਿੰਡ ਹੈ ਜਿੰਨੀ ਵੀ ਫੌਜ ਆਈ ਸੀ ਉਹਨਾਂ ਆਖਿਆ ਵੀ ਜੰਗ ਤਾਂ ਬਾਅਦ 'ਚ ਹੁੰਦੀ ਰਹੋ ਪਹਿਲਾਂ ਤਾਂ ਇਹਨਾਂ ਨੂੰ ਲੁੱਟੋ ਵੀ ਚੰਗਾ ਮਾਲ ਮੱਤਾ ਲੱਗਦਾ ਇਹਨਾਂ ਲੋਕਾਂ ਦੇ ਕੋਲ ਇਹ ਛੋਟੇ ਪੁਰ ਮੀਰਪੁਰ ਨਗਰ ਨੂੰ ਪਹਿਲਾਂ ਹੀ ਲੁੱਟ ਲਿਆ ਕਰਤਾਰਪੁਰ ਤੋਂ ਮਿਲਿਓ ਗਰਦ ਮੈਂ ਮਿੱਟੀ ਦੇ ਵਿੱਚ ਮਿਲਾਤਾ ਸਾਰਾ ਪਿੰਡ ਇਹ ਕਾਲੇ ਖਾਂ ਦੀਆਂ ਫੌਜਾਂ ਨੇ ਸਾਰਾ ਹੀ ਇੱਕ ਥਾਂ ਤੇ ਐਨ ਮਲੀਆ ਮੇੜ ਕਰਕੇ ਰੱਖ ਦਿੱਤਾ ਏ ਇਹ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਬਚਨ ਮੰਨੋ ਸੱਚਾ ਹੋਇਆ ਜਿਹੜੀ ਇਹ ਛੋਟੇ ਮੀਰਪੁਰ ਵਾਲਿਆਂ ਦੀ ਹਾਨੀ ਹੋ ਗਈ ਪੈਂਦੇ ਖਾਂ ਦਾ ਪਿੰਡ ਉੱਜੜ ਗਿਆ ਉਤਰੇ ਜਬਹਿ ਉਚਰ ਜੋ ਦਇਓ ਕਿਉਂਕਿ ਮਹਾਰਾਜ ਇੱਧਰ ਜਦੋਂ ਆਏ ਸੀ ਪਿਛੇ ਸਾਖੀ ਆਪਾਂ ਸੁਣੀ ਹੈ ਸ਼ਿਕਾਰ ਖੇਡਦਿਆਂ ਹੋਇਆਂ ਤੇ ਮੀਰਪੁਰ ਨਗਰ ਦੇ ਨੇੜੇ ਬਾਰ ਬਾਰ ਜੇ ਆ ਕੇ ਸਤਿਗੁਰੂ ਉਤਰੇ ਸਨ ਡੇਰਾ ਕੀਤਾ ਸੀ ਪੈਦੇ ਖਾਨ ਖਾਨ ਅਸਮਾਨ ਉਸ ਵੇਲੇ ਪੈਦੇ ਖਾਨ ਅਤੇ ਅਸਮਾਨ ਖਾਨ ਇਹਨਾਂ ਦਾ ਜਿਹੜਾ ਪਿੰਡ ਹੈ ਇੱਧਰ ਨੂੰ ਕਹਾਇਆ ਕਿ ਮਹਾਰਾਜ ਨੇ ਜਦੋਂ ਬਿਧੀ ਚੰਦ ਜੀ ਨੇ ਕਿਹਾ ਸੀ ਮਹਾਰਾਜ ਮੈਨੂੰ ਨਰਕ ਦੇ ਦਿਓ ਉਹ ਭਾਈ ਅਨੰਤੇ ਦੇ ਵੰਡੇ ਮਹਾਰਾਜ ਕਹਿੰਦੇ ਸਿੱਖ ਬੱਚਾ ਵੀ ਨਰਕਾਂ ਨਹੀਂ ਜਾਊਗਾ ਬਿਧੀ ਚੰਦ ਤੂੰ ਵੀ ਨਹੀਂ ਜਾਏਗਾ ਛੋਟੇ ਮੀਰਪੁਰ ਵਾਲੇ ਹੀ ਗਰਕ ਹੋਣਗੇ ਉਹ ਗਰਕ ਹੋ ਗਿਆ ਸਾਰਾ ਪਿੰਡ ਮਹਾਰਾਜ ਦੇ ਬਚਨਾਂ ਦੇ ਨਾਲ ਸੋ ਇਸ ਤਰ੍ਹਾਂ ਪੈਂਦੇ ਖਾਨ ਖਾਨੇ ਅਸਮਾਨ ਪੈਂਦੇ ਖਾਨ ਅਤੇ ਅਸਮਾਨ ਖਾਨੇ ਦਾ ਜੋ ਜਵਾਈ ਹੈ ਮਿਲ ਕਰ ਕੁਤਬ ਖਾਨ ਇੱਕ ਥਾਨ ਅਤੇ ਕੁਤਬ ਖਾਨ ਜਲੰਧਰ ਦਾ ਸੂਬਾ ਇਹ ਸਾਰੇ ਇੱਕ ਥਾਂ ਦੇ ਇਕੱਤਰ ਹੋ ਗਏ ਅਨਵਰ ਖਾਨ ਮਲਕ ਦਾ ਤਾਰ ਅਤੇ ਫਿਰ ਅਨਵਰ ਖਾਨ ਖੋਜਾ ਅਨਵਰ ਤੇ ਮਲਕ ਦਾ ਤਾਰ ਜਿਹੜਾ ਹੁਣ ਰਾਹ ਚੋਂ ਨਾਲ ਰਲਿਆ ਸੀ ਕੁਤਬ ਖਾਨ ਦਾ ਭਰਾ ਮਿਲ ਮਸਲਤ ਕੋ ਕਰਤ ਉਚਾਰ ਇਹ ਸਾਰੇ ਆਪਸ ਵਿੱਚ ਮਿਲ ਕੇ ਵੀ ਸਲਾਹ ਕਰਨ ਲੱਗ ਪਏ ਵੀ ਹੁਣ ਨੇੜੇ ਪਹੁੰਚ ਗਏ ਆ ਤੇ ਕਿਵੇਂ ਕਰਨੀ ਚਾਹੀਦੀ ਆ ਬਿਨਾ ਸ਼ਬਦ ਤੇ ਅਬ ਚੱਲ ਪਰੀਏ ਇਹ ਸਲਾਹ ਕੀਤੀ ਵੀ ਆਵਾਜ਼ ਨਾ ਕੋਈ ਕੜਕਾ ਦੜਕਾ ਜਿਹਾ ਨਾ ਕਰੋ ਤੇ ਬਿਨਾ ਕਿਸੇ ਖੜਕੇ ਦੜਕੇ ਦੇ ਕਿਸੇ ਰੌਲੇ ਰੱਪੇ ਦੇ ਕਾਲੇ ਖਾਨ ਤੋਂ ਬਗੈਰ ਬਾਕੀ ਜਿੰਨੇ ਵੀ ਜਰਨੈਲ ਸਨ ਉਹਨਾਂ ਨੇ ਇਹ ਸਲਾਹ ਕੀਤੀ ਵੀ ਆਪਾਂ ਆਵਾਜ਼ ਨਹੀਂ ਹੋਣ ਦੇਣੀ ਤੇ ਚੁੱਪ ਚੁਪੀਤੇ ਹੀ ਜਾ ਕੇ ਕਰਤਾਰਪੁਰ ਤੇ ਹਮਲਾ ਕਰ ਦਈਏ ਸਕਲ ਅਚਾਨਕ ਪ੍ਰਾਨਨ ਹਰੀਆ ਅਚਾਨਕ ਹੀ ਜਾ ਕੇ ਪੈ ਜਾਈਏ ਤੇ ਜਿੰਨੇ ਵੀ ਸਿੱਖ ਅੱਗੇ ਲੱਭਣ ਸਾਰਿਆਂ ਨੂੰ ਮਾਰ ਕੇ ਧਰਤੀ ਚ ਮਿਲਾ ਦਈਏ ਪੈਂਦਾ ਕਹੇ ਜਾਊ ਮੈਂ ਤਹਾਂ ਪੈਂਦੇ ਖਾਂ ਕਹਿੰਦਾ ਬਿਲਕੁਲ ਬਾਕੀ ਤੁਸੀਂ ਸਾਰੇ ਬਾਹਰ ਵਾਲੇ ਸਾਂਭਿਓ ਤੇ ਮੈਂ ਸਿੱਧਾ ਉਸ ਥਾਂ ਤੇ ਕਹਿੰਦਾ ਪਹੁੰਚੂਗਾ ਗੁਰ ਕੋ ਪੌਰ ਨਿਕਸਬੇ ਜਾਂ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਨਿਵਾਸ ਸਥਾਨ ਹੈ ਤੇ ਜਿਹੜੇ ਦਰਵਾਜ਼ੇ ਥਾਣੀ ਛੇਵੇਂ ਪਾਤਸ਼ਾਹ ਬਾਹਰ ਨਿਕਲਦੇ ਨੇ ਨਾ
ਕਹਿੰਦਾ ਵੀ ਮੈਂ ਸਿੱਧਾ ਹੀ ਮਹਾਰਾਜ ਦੇ ਦਰਵਾਜੇ ਤੇ ਪਹੁੰਚ ਜਾਣਾ ਹੈ। ਨਿਕਸਤ ਅੰਕ ਭਰੋਂ ਬਸ ਕਰੋਂ। ਬਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਘਰੋਂ ਬਾਹਰ ਨਿਕਲੇ ਤੇ ਉਸੇ ਵੇਲੇ ਕਹਿੰਦਾ ਵੀ ਮੈਂ ਨਿਕਸਤ ਅੰਕ ਭਰੋਂ ਬਸ ਕਰੋਂ, ਜੱਫੇ 'ਚ ਲੈ ਕੇ ਪਿੱਛਿਓਂ ਮਹਾਰਾਜ ਨੂੰ ਆਪਣੇ ਵਸ ਕਰ ਲੈਣਾ ਗੁਰੂ ਹਰਗੋਬਿੰਦ ਸਾਹਿਬ ਨੂੰ। ਜੀਵਤ ਗਾਹੋਂ ਮਹਾਬਲ ਧਰੋਂ। ਇਸ ਪ੍ਰਕਾਰ ਦੇ ਨਾਲ ਪੈਂਦੇ ਖਾਨ ਕਹਿੰਦਾ ਵੀ ਮੈਂ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲਵਾਂਗਾ ਨਾ, ਜੀਵਤ ਗਾਹੋਂ ਜਿਉਂਦੇ ਹੀ ਫੜ ਲਵਾਂਗਾ, ਮਾਰਨਾ ਨਹੀਂ ਹੈ, ਜਿਉਂਦਿਆਂ ਫੜਾਂਗਾ ਆਪਣਾ ਜੋਰ ਲਾ ਕੇ। ਲੋਟ ਲਿਓ ਸਭ ਐਨ। ਤੇ ਜਦੋਂ ਮੈਂ ਕਹਿੰਦਾ ਵੀ ਛੇਵੇਂ ਪਾਤਸ਼ਾਹ ਨੂੰ ਜਫਾ ਭਰ ਕੇ ਫੜ ਲਿਆ, ਗੁਰੂ ਕੋਲ ਛੁੱਟਿਆ ਨਹੀਂ ਜਾਣਾ, ਮੇਰੀਆਂ ਬਾਹਾਂ 'ਚ ਬਲ ਬੜਾ, ਅਤੇ ਤੁਸੀਂ ਇੰਨੇ ਚਿਰ ਨੂੰ ਬਾਕੀ ਸਾਰਾ ਕਰਤਾਰਪੁਰ ਨਗਰ ਇਹ ਸਾਰੇ ਸਿੱਖ ਹੀ ਵੱਸਦੇ ਆ, ਸਾਰਾ ਨਗਰ ਲੁੱਟ ਲਇਓ। ਹਥੋਂ ਤੁਰਤ ਗੁਰ ਕੀ ਲਗ ਸੈਨ। ਥੋੜ੍ਹੀ ਕੁ ਤਾਂ ਫੌਜ ਹੈ ਗੁਰੂ ਦੇ ਕੋਲ, ਕਿੰਨੇ ਗਏ, ਤੁਸੀਂ ਤੁਰੰਤ ਹੀ ਛੇਤੀ ਮਾਰ ਲਓ ਸਾਰਿਆਂ ਨੂੰ, ਕਾਰਜ ਸੁਗਮ ਭਲੇ ਬਣ ਜਾਏ। ਇਸ ਤਰ੍ਹਾਂ ਪੈਂਦੇ ਖਾਂ ਕਹਿੰਦਾ ਆਪਣਾ ਤੇ ਸੌਖਾ ਹੀ ਕੰਮ ਬਣ ਜਾਣਾ ਇਹ ਜੰਗ ਜਿੱਤਣ ਵਾਲਾ। ਇਹੀ ਰੀਤ ਹਮਾਰੇ ਮਨ ਭਾਏ। ਨਾਲੇ ਮੈਨੂੰ ਵੀ ਕਹਿੰਦਾ ਇਹੀ ਗੱਲ ਚੰਗੀ ਲੱਗਦੀ ਹੈ ਵੀ ਹੁਣ ਨੇੜੇ ਆ ਗਏ ਆ, ਇੱਥੋਂ ਚੁੱਪ ਚੁਪੀਤੇ ਜਾ ਪਈਏ, ਸੁੱਤਿਆਂ ਨੂੰ ਢਾ ਲਈਏ ਸਾਰਿਆਂ ਨੂੰ। ਦੋਹਰਾ ਸਤਿਗੁਰ ਹਰਗੋਬਿੰਦ ਜੀ ਵੱਡੇ ਬਹਾਦਰ ਧੀਰ। ਇੱਧਰ ਇੱਕ ਪਾਸੇ ਤਾਂ ਇੱਥੇ ਫੌਜਾਂ ਪੈਂਦੇ ਖਾਨ ਦੇ ਪਿੰਡ ਤੀਕਰ ਆ ਗਈਆਂ ਤੇ ਸਲਾਹ ਕਰ ਰਹੀਆਂ ਨੇ ਹਮਲੇ ਦੀ, ਉੱਧਰ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੇ ਉਪਕਾਰੀ ਵੱਡੇ ਵੀਰ ਬਹਾਦਰ ਨੇ ਤੇ ਧੀਰਜ ਧਾਰੀ ਹਨ ਸਤਿਗੁਰੂ। ਮਾਰ ਨਿਕਾਸਿਓ ਖਾਨ ਕੋ ਲੱਖ ਨਿੰਦਕ ਬੇਪੀਰ। ਮਹਾਰਾਜ ਨੇ ਖਾਨ ਪੈਂਦੇ ਖਾਨ ਨੂੰ ਪਹਿਲਾਂ ਇੱਥੋਂ ਵੱਧ ਘੱਟ ਬੋਲਦੇ ਝੂਠ ਬੋਲਦੇ ਨੂੰ ਤੇ ਕੁੱਟ ਕੇ ਛਤਰ ਫੇਰ ਕੇ ਕੱਢਿਆ ਇੱਥੋਂ, ਤੇ ਫੇਰ ਕਹਿੰਦੇ ਵੀ ਅੱਜ ਹੀ ਹੁਣ ਹਾਲਾਂ ਜਿਹੜਾ ਆਇਆ ਸੀ ਖੋਜਾ ਆਇਆ ਨਵਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਿੰਦਾ ਕਰ ਰਿਹਾ, ਉਹਦੇ ਵੀ ਛਿੱਤਰ ਪੋਲਾ ਕਰਕੇ ਧੱਕੇ ਮਾਰ ਕੇ ਉਹਨੂੰ ਵੀ ਕੱਢਿਆ ਇੱਥੋਂ। ਲੱਖ ਨਿੰਦਕ ਬੇਪੀਰ, ਗੁਰੂ ਨਾਨਕ ਦੇਵ ਸਾਹਿਬ ਦਾ ਨਿੰਦਕ ਜਾਣ ਕੇ ਕੁੱਟਿਆ, ਬੇਪੀਰਾ ਜਾਣ ਕੇ ਵੀ ਇਹਦਾ ਕੋਈ ਪੀਰ ਨਹੀਂ ਹੈ, ਪਹਿਲਾਂ ਇੰਨਾ ਆਉਂਦਾ ਮਿਲਦਾ ਰਿਹਾ ਵੀ ਇੱਥੇ, ਪਰ ਅੰਦਰ ਭਾਵਨਾ ਹੀ ਕੋਈ ਨਹੀਂ ਹੈ ਕਿ ਨਿੰਦਾ ਹੀ ਇਹਨਾਂ ਦੇ ਭਰੀ। ਕਈ ਲੋਕ ਐਸੇ ਹੀ ਹੁੰਦੇ ਵੀ ਵਿਖਾਵੇ ਨੂੰ ਤਾਂ ਉਹ ਸੰਤਾਂ ਮਹਾਂਪੁਰਖਾਂ ਕੋਲ ਗੁਰੂ ਸਾਹਿਬ ਦੇ ਦਰ 'ਤੇ ਵੀ ਆਉਂਦੇ ਆ, ਮੌਕਾ ਜਦੋਂ ਮਿਲਦਾ ਫਿਰ ਨਿੰਦਾ ਕਰਦੇ ਆ ਮੂੰਹ ਦੇ ਵਿੱਚੋਂ, ਫਿਰ ਨਿੰਦਾ ਦੀ ਝੱਗ ਵੀ ਪੂਰੀ ਸਿੱਟਦੇ ਆ। ਇਸੇ ਤਰ੍ਹਾਂ ਜਾਣ ਕੇ ਵੀ ਇਹ ਬੇਪੀਰਾ ਜਿਹਾ ਹੈ, ਵੀ ਇਹ ਕਿਸੇ ਪੀਰ ਨੂੰ ਨਹੀਂ ਮੰਨਦਾ, ਵੀ ਐਵੇਂ ਹੀ ਕਈ ਵਾਰ ਆਇਆ ਤੇ ਕਹਿਣਾ ਮਹਾਰਾਜ ਬੜਾ ਸਤਿਕਾਰ ਜਿਹਾ ਕਰਨਾ, ਮੱਥੇ ਟੇਕੀ ਜਾਣੇ, ਪਰ ਨਿੰਦਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਅੰਦਰ ਦੀ ਗੱਲ ਬਾਹਰ ਆ ਗਈ, ਇਸ ਕਰਕੇ ਮਾਰ ਖਾ ਕੇ ਇੱਥੋਂ ਗਿਆ ਖੋਜਾ ਅਨਵਰ। ਹਾਂਜੀ। ਕਰ ਖਾਨ ਪਾਨ ਸਭ ਧਾਨ ਵੀਰ। ਹੁਣ ਮਹਾਰਾਜ ਸਾਹਿਬ ਨੇ ਜਦੋਂ ਇਹਦਾ ਇਹਨੂੰ ਕੱਢ ਦਿੱਤਾ, ਤਾਂ ਗਰੀਬ ਨਵਾਜ ਜੀ ਨੇ ਕਰ ਖਾਨ ਪਾਨ ਸਭ ਧਾਨ ਵੀਰ, ਲੰਗਰ ਭੋਜਨ ਸਾਰੀਆਂ ਸਿੱਖ ਸੰਗਤਾਂ ਨੇ, ਗੁਰੂ ਮਹਾਰਾਜ ਗੁਰੂ ਕੇ ਸੂਰਮੇ ਨੇ ਜਦੋਂ ਛਕ ਲਿਆ, ਮਹਾਰਾਜ ਕਹਿੰਦੇ ਹੇ ਬਹਾਦਰ ਹੁਣ ਸਾਵਧਾਨ ਹੋ ਜਾਓ, ਐਵੇਂ ਵੇਸਲੇ ਜੇ ਹੋ ਕੇ ਸੌ ਨਾ ਜਾਇਓ। ਕਰਤਾਰਪੁਰੇ ਚਹੁ ਦਿਛਨ ਪੀਰ। ਇਸ ਤਰ੍ਹਾਂ ਗੁਰਾਂ ਦੇ ਹੁਕਮ ਦੇ ਨਾਲ ਕਰਤਾਰਪੁਰ ਨਗਰ ਦੇ ਚਾਰ ਸਫੇਰੇ ਗੁਰਸਿੱਖਾਂ ਦੀ ਭੀੜ ਸੂਰਮਿਆਂ ਦੀ ਇੱਧਰ ਉੱਧਰ ਪਹਿਰੇਦਾਰੀ ਕਰ ਰਹੀ ਹੈ। ਹੋਏ ਸਨਦ ਬਦ ਭੱਟ ਅਰਧ ਜੋਏ। ਹੋਏ ਸਨਦ ਬਦ ਭੱਟ ਅਰਧ ਜੋਏ, ਕਹਿੰਦੇ ਅੱਧੀ ਫੌਜ ਜਿਹੜੀ ਹੈ ਉਹ ਤਾਂ ਤਿਆਰ ਬੁਰ ਤਿਆਰ ਹੋ ਕਰਕੇ ਪਹਿਰਾ ਦੇ ਰਹੀ ਹੈ। ਵਿਸਰਾਮ ਹੇ ਥੱਲੇ ਹੋ ਅਰਧ ਸੋਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਅੱਧੇ ਕੁ ਤਾਂ ਤੁਸੀਂ ਰਾਤ ਤਿਆਰ ਪਹਿਰਾ ਦਿਓ ਅਤੇ ਅੱਧੇ ਕੁ ਵਿਸ਼ਰਾਮ ਕਰੋ, ਭਾਵ ਕਿਵੇਂ ਵਾਰੀ ਵਾਰੀ ਸਾਰੀ ਰਾਤ ਜਾਗਣਾ ਹੈ, ਵੀ ਕੁਝ ਸੂਰਮੇ ਜਿਹੜੇ ਆਰਾਮ ਕਰ ਲਓ ਅਤੇ ਅੱਧੇ ਪਹਿਰਾ ਦਿਓ, ਫਿਰ ਕੁਝ ਜਦੋਂ ਮਨ ਕਰੇ ਫਿਰ ਆ ਕੇ ਸੌ ਲਿਓ ਅਤੇ ਦੂਸਰੇ ਪਹਿਰੇ 'ਤੇ ਹੋ ਜਾਣ, ਭਾਵ ਕਿ ਅੱਧੇ ਜਾਗਦੇ ਰਹੋ ਅਤੇ ਅੱਧੇ ਆਪੋ ਆਪਣੇ ਆਸਣਾਂ ਦੇ ਸੁੱਖ ਕਰ ਲਓ। ਤੁਰਕਾਂ ਸੈਨ ਤੇ ਬੰਨ ਸੁਚੇਤ। ਕਿਉਂਕਿ ਤੁਰਕਾਂ ਦੀ ਜਿਹੜੀ ਫੌਜ ਹੈ ਸੈਨ ਤੇ ਬੰਨ ਸੁਚੇਤ, ਤੁਰਕਾਂ ਦੀ ਮੁਸਲਿਆਂ ਦੀ ਫੌਜ ਤੋਂ ਮਹਾਰਾਜ ਕਹਿੰਦੇ ਸੁਚੇਤ ਹੋ ਕੇ ਰਹਿਣਾ ਸਾਰੀ ਰਾਤ। ਸੁਣ ਸ਼ਬਦ ਉਠੋ ਸਭ ਜੰਗ ਹੇਤ। ਤੇ ਜਿਹੜਿਆਂ ਨੂੰ ਵਿਸ਼ਰਾਮ ਕਰਨ ਲਈ ਵੀ ਮਹਾਰਾਜ ਨੇ ਕਿਹਾ, ਉਹਨਾਂ ਨੂੰ ਵੀ ਕਹਿੰਦੇ ਵੀ ਜਦੋਂ ਹੀ
जंग होने की आवाज जी तुहानू सुने तो उस वेले सुचेत हो के तुसी भी सावधान हो के उठ जाना है। गोलका बरूद लीजे संभाल, जो भी गोली बरूद तुहानू बंदूकां ओ हुणे ही संभाल लो अपने कोल रखो, ये ना होवे भी मुड़ के उधरों फौज आवे फिर गोलियां लभदे फिरो। सुन सुबट गुरु पातशाह दा हुक्म सुन के जेडे महाराज दे बड़े बली बड़े मिसाल वड्डे वड्डे सूरमे हन उन्होंने उस वेले ही गुर हुक्म पाए हवै कै सुचेत, छेवें पातशाह दा हुक्म पा के सुचेत हो गए तैयार बुर तैयार हो के खलो गए उस वेले जंग वास्ते। गर्जे बिलंद बड़ा जंग हेत, ते कहिंदे वड्डा जंग होवेगा ये सोच के सूरमे बड़े गर्जे है। कई वार ये उदाहरण दिती है भी जिवें विआह होवे किसी बच्चे का तो जिवें घरदिआं नूं खुशी हुंदी है ना विआह का चा हुंदा, इवें सूरमियां नूं जदों जंग का समा मिले जंग करन दा विआह तों ज़्यादा चा हुंदा है भी सानूं हुण जौहर विखाउणे जौहर विखाउण दा मौका मिलेगा अपनी शस्त्र विद्या ते। इवें सूरमे गरजे ने वड्डी आवाज विच के वड्डा जंग होवेगा जंग नाल हित कीता है। जैसे पर खड़ग कट कसन कीन, ढाले अपने लक दे नाल पिछे बन ले ते तेगा अपनियां कमर कसे नाल कस लईयां। निज निज तुरंग पर पाए जीन, आपो अपने घोड़िया दे सूरमिया ने काठियां कस लईयां। होए सनद बद फिर ते चुफेर, सनद बद हुंदा भी तैयार बुर तैयार हो गए पूरी सावधानता दे नाल में सूरमे करतारपुर साहब दे चार सफेरे फिर रहे हन। तुरकान हान रण चह बडेरे, मन विच चाओ है भी तुरक चढ़ के आउणगे उन्हां नूं मारांगे वड्डा जंग होवेगा। जब सवा जम रहगी सो रात, इस तरह जदों साध संगत जी सवा कुपहर रात बाकी रह गई, गुर गिरा पड़त सिख फिरत जात, उस वेले तो सारे ही सिख जाग पे ते ओह तो यह सोच के आ रहे सी भी सुत्तिआं नूं पवांगे जाके, पर यह की हुण पता ये गल पैदे खां को भी कह ना होई भी ओह तां वड्डे तड़के पहले ही जागे होंदे ने उन्हां सुत्तिआं नूं की फल लोगे, क्योंकि गुरु हरगोबिंद साहिब महाराज दे सिख सभा पै रात रहिंदी तो जिहड़े कुछ विश्राम भी कर रहे सन ਉਹ ਵੀ ਸਾਵਧਾਨ ਹੋ ਗਏ। ਗੁਰ ਗਿਰਾ ਪੜਤ ਸਿੱਖ ਫਿਰਤ ਜਾਤ, ਇੱਧਰ ਉੱਧਰ ਸਿੱਖ ਤੁਰਦੇ ਫਿਰਦੇ ਪਹਿਰੇਦਾਰੀ ਕਰਦੇ ਨੇ ਗੁਰਬਾਣੀ ਪੜ੍ਹਦੇ ਹਨ। ਧੁਨ ਉੱਠਤ ਊਚ ਸੁਨਿਅੰਤ ਦੂਰ, ਅਤੇ ਗੁਰਬਾਣੀ ਫਿਰ ਉੱਚੀ ਉੱਚੀ ਪੜ੍ਹਦੇ ਨੇ ਅਤੇ ਸ਼ਾਂਤ ਰਾਤ ਵਿੱਚ ਦੂਰ ਦੂਰ ਨਗਰ ਤੋਂ ਬਾਹਰ ਗੁਰਬਾਣੀ ਦੀ ਧੁਨੀ ਸੁਣਾਈ ਦਿੰਦੀ ਹੈ। ਵੇਖੋ ਗੁਰਬਾਣੀ ਤਾਂ ਉਹੀ ਹੈ ਜਿਹੜੀ ਦੂਰ ਦੂਰ ਤੀਕਰ ਪੜ੍ਹੀ ਜਾਵੇ ਅਤੇ ਸੁਣੇ ਕਿਸੇ ਹੋਰ ਦਾ ਭਲਾ ਹੋਵੇ, ਜਿਹੜਾ ਅੰਦਰ ਵੜ ਕੇ ਬਾਣੀ ਪੜ੍ਹਨੀ ਉਹਦਾ ਆਪਣੇ ਆਪ 'ਤੇ ਭਾਵੇਂ ਫਾਇਦਾ ਹੋਵੇ ਕੋਈ ਹੋਰ ਭਲਾ ਨਹੀਂ ਹੋ ਸਕਦਾ। ਅਤੇ ਕਈ ਲੋਕ ਇਸੇ ਕਰਕੇ ਕਿਸੇ ਦੇ ਕੰਨੀ ਆਵਾਜ਼ ਹੀ ਪੈ ਜਾਵੇ ਅਤੇ ਝੱਟ ਹੀ ਕਹਿਣਗੇ ਵੀ ਇਹਦੇ ਗੁਰੂ ਘਰੋਂ ਆਵਾਜ਼ ਕਾਹਤੋਂ ਆ ਗਈ ਸਾਡੇ ਘਰ, ਇਹੋ ਜਿਹੇ ਵੀ ਬੇਮੁੱਖ ਜੰਮ ਪਏ ਹੈ। ਜਦੋਂ ਕਿ ਇਹ ਆਵਾਜ਼ ਘਰਾਂ 'ਚ ਪੈਣ ਦੇ ਨਾਲ ਸਾਡਾ ਭਲਾ ਹੀ ਹੈ। ਕਰਤਾਰਪੁਰ ਸਾਹਿਬ ਵੇਖੋ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹੈ ਅਤੇ ਕਵੀ ਜੀ ਕਹਿੰਦੇ ਦੂਰ ਦੂਰ ਦੀ ਘਰੋਂ ਗੁਰਬਾਣੀ ਦੀ ਧੁਨੀ ਸੁਣਾਈ ਦੇ ਰਹੀ ਹੈ। ਕਰਤਾਰਪੁਰ ਚੌਂਗਿਰਦਪੁਰ, ਕਰਤਾਰਪੁਰ ਸਾਹਿਬ ਦੇ ਚੌਗਿਰਦ ਬਹੁਤ ਸਾਰੇ ਸਿੱਖ ਇੱਧਰ ਉੱਧਰ ਇਵੇਂ ਬਾਣੀ ਪੜ੍ਹਦੇ ਹਨ ਅਤੇ ਦੂਰ ਦੂਰ ਸੁਣਾਈ ਦਿੰਦੀ ਹੈ। ਜਬ ਸੁਣੀ ਆਨ ਤੁਰ ਕਾਨ ਕਾਨ, ਅਤੇ ਕਈ ਜਿਹੜੇ ਤੁਰਕ ਅੱਗੇ ਜੇ ਸਨ ਜਦੋਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਈ ਵੀ ਇਹਦੇ ਇਹਦੇ ਕੋਈ ਕਲਾਮਾਂ ਪੜ੍ਹ ਰਹੇ ਨੇ, ਸਿੱਖ ਸਵੇਰੇ ਤੜਕੇ ਹੀ ਉੱਠ ਕਰਕੇ ਪੁਰ ਭਏ ਸ਼ੁੱਧ ਕਰ ਕਪਟ ਹਾਨ, ਕਹਿੰਦੇ ਇਹਨਾਂ ਦੇ ਹਿਰਦੇ ਸ਼ੁੱਧ ਹੋ ਗਏ ਕਪਟ ਦੂਰ ਕਰਤਾ, ਵੀ ਇਹ ਗੱਲ ਨਹੀਂ ਬਾਣੀ ਜਿਹੜਾ ਅਸੀਂ ਕਿਹਾ ਸੀ ਵੀ ਸੁੱਤਿਆਂ ਹੀ ਜਾ ਪਵਾਂਗੇ ਉਹਦੇ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੇ ਲੱਗਦੇ। ਤਬ ਕਾਲੇ ਖਾਂ ਬੋਲਿਓ ਸੁਣਾਏ, ਜਦੋਂ ਬਾਕੀ ਸਾਰਿਆਂ ਨੇ ਪੈਂਦੇ ਖਾਂ ਸਮੇਤ ਕੁਤਬ ਖਾਂ ਇਹ ਸਲਾਹ ਕਰ ਲਈ ਵੀ ਆਵਾਜ਼ ਨਾ ਕਰੋ ਅਤੇ ਚੁੱਪ ਚੁਪੀਤੇ ਜਾ ਕੇ ਪੈ ਜਾਓ, ਜਿਹੜਾ ਪਿਸ਼ੌਰ ਦਾ ਸੂਬੇਦਾਰ ਸੀ ਕਾਲੇ ਖਾਂ ਉਹ ਇਹਨਾਂ ਦੀ ਗੱਲ ਸੁਣ ਕੇ ਤੇ ਅੱਗੋਂ ਕਹਿਣ ਲੱਗਾ, ਭਇਓ ਨੀਰ ਜਾਨਿਓ ਸੋ ਜਾਏ, ਕਹਿੰਦਾ ਵੀ ਹੁਣ ਤੇ ਉੱਧਰੋਂ
जो सिख कलामा पढ़ते है बाणी पढ़ते आवाजा आने लग पी जापदा भी आप करतारपुर के बिलकुल नेड़े आ गए कहिंदा भी जेड़ा तुसी ये सलाह की है ना भी आवाज नहीं करनी चुप चुपीते पैना ये काले खां कहिंदा मैनूं कायरां जिहा वाला काम लगता है भी जेड़ा नगारा बजाउण तों बगैर अगे जाना है जो सलाह कीती सो कीती पर ए गल अनुचित है योग नहीं है भी आपां सूरमे होइए जंगी जरनैल होइए ते नगारे ही ना वजाइए धौंसे ना वजाइए ए गल काले खां कहिंदा मैनूं मन नूं चंगी नहीं लगी तज देहो कपट पा जंग पेर कहिंदे भी हुण जंग दा भेड़ पैणा आ कपट जिहा छड दिओ इहदा चुप चुपीतियां जंगां नहीं जित्तियां जांदियां धौंसन बजाए अब करहो नेर नगारिआं ते चोब लाओ ते करतारपुर दे नेड़े होवो कहे कुतुब खान यार पैंदे खान कुतुब खां जलंधर आला दे पैंदे खां निमका रामी ਇਹਨਾਂ ਨੇ ਜਦੋਂ ਕਾਲੇ ਖਾਂ ਦੀ ਗੱਲ ਸੁਣੀ ਇਹ ਆਪ ਜੇ ਮਰਜ਼ੀ ਦੇਹੋ ਨਿਸ਼ਾਨ ਕਹਿੰਦੇ ਕਾਲੇ ਖਾਂ ਜੀ ਤੁਹਾਡੀ ਮਰਜ਼ੀ ਚੱਲਣੀ ਹੈ ਕਿਉਂਕਿ ਸਾਰੀ ਅਗਵਾਈ ਤਾਂ ਜੰਗ ਦੀ ਤੁਸੀਂ ਕਰ ਰਹੇ ਹੋ ਵੀ ਜੇ ਤੁਹਾਨੂੰ ਲੱਗਦਾ ਹੈ ਤਾਂ ਫਿਰ ਨਗਾਰੇ ਵਜਾ ਲਵੋ ਅਬ ਕਰਹੁ ਨਾ ਬਿਲੰਬੇ ਹਾਏ ਕਾਲ ਬਸ ਗੱਲ ਇਹ ਵੀ ਭਾਵੇਂ ਨਗਾਰੇ ਵਜਾਓ ਭਾਵੇਂ ਨਾ ਵਜਾਓ ਦੇਰ ਨਹੀਂ ਕਰੀਏ ਛੇਤੀ ਦੇ ਨਾਲ ਜਾ ਕੇ ਹਮਲਾ ਕਰ ਦਈਏ ਇੱਕ ਵਾਰ ਪਰੋ ਹਮਲਾ ਵਿਸਾਲ ਇੱਕੇ ਵਾਰ ਹੀ ਪੈਂਦੇ ਖਾਂ ਕੁਤਬ ਖਾਂ ਕਹਿੰਦੇ ਵੀ ਵੱਡਾ ਹਮਲਾ ਕਰੀਏ ਸਾਰੇ ਰਲ ਮਿਲ ਕੇ ਔਰ ਮੈਂ ਪ੍ਰਵੇਸ਼ ਹੋਏ ਕਰਹੋ ਮਾਰ ਕਰਤਾਰਪੁਰ ਨਗਰ ਦੇ ਵਿੱਚ ਜਾ ਵੜ ਕੇ ਤੇ ਮਾਰ ਪਾ ਦਈਏ ਜਾ ਕੇ ਸੂਰਮਿਆਂ ਨੇ ਹਰਨ ਦੇਹੋ ਸੈਨਾ ਅਗਾਰ ਤੇ ਅੱਗੇ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਨੂੰ ਅੜ ਨਹੀਂ ਨਾ ਦਈਏ ਉਹਨਾਂ ਦੇ ਪੈਰ ਨਾ ਲੱਗਣ ਦਈਏ ਏਡੇ ਬਲ ਧਾਰ ਕੇ ਹੱਲਾ ਕਰੀਏ ਜਬ ਕਰਿਓ ਹੁਕਮ ਦੁੰਦਬ ਬਜਾਏ ਇਸ ਤਰ੍ਹਾਂ ਮਤਾ ਪਕਾਇਆ ਦੇ ਕਾਲੇ ਖਾਂ ਨੇ ਹੁਕਮ ਕੀਤਾ ਵੀ ਨਹੀਂ ਵੀ ਨਗਾਰਾ ਵਜਾਓ ਫਿਰ ਚੱਲਾਂਗੇ ਜਦੋਂ ਹੁਕਮ ਹੋਇਆ ਤਾਂ ਉਸ ਵੇਲੇ ਜਿਹੜੇ ਨਗਾਰ ਜੀ ਸਨ ਉਹਨਾਂ ਨੇ ਨਗਾਰੇ ਵਜਾ ਦਿੱਤੇ ਤਬ ਦਈ ਚੋਬ ਦੋਹਰੀ ਲਗਾਏ ਕਹਿੰਦੇ ਦੋਹਰੀ ਚੋਬ ਲਗਾਈ ਹੈ ਇਹ ਜੰਗ ਦੀ ਨਿਸ਼ਾਨੀ ਹੁੰਦੀ ਜਦੋਂ ਦੋਹਰੀ ਚੋਬ ਲੱਗਦੀ ਇਹ ਚੜ੍ਹਾਈ ਦੀ ਜੰਗ ਦੀ ਨਿਸ਼ਾਨੀ ਹੁੰਦੀ ਵੀ ਹੁਣ ਜੰਗ ਹੋਵੇਗਾ ਤੇ ਕਾਲੇ ਖਾਂ ਦਾ ਹੁਕਮ ਮੰਨ ਕਰਕੇ ਜਿਹੜੇ ਨਗਾਰਚੀ ਹਨ ਨਿਸ਼ਾਨਚੀ ਨੇ ਉਹਨਾਂ ਨੇ ਦੋਹਰੀ ਚੋਬ ਲਾ ਦਿੱਤੀ ਨਗਾਰੇ ਤੇ ਧੁਨ ਪਰੀ ਕਾਨ ਜੋ ਧਾਨ ਆਏ ਤੇ ਇਸ ਪ੍ਰਕਾਰ ਨਾਲ ਧੁਨ ਪਰੀ ਕਾਨ ਜੋ ਧਾਨ ਆਏ ਉੱਧਰ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤਾਂ ਕਰਤਾਰਪੁਰ ਸਾਹਿਬ ਜੋ ਗੁਰੂ ਦੇ ਯੋਧੇ ਸਾਵਧਾਨ ਹੋਏ ਖੜੇ ਸਨ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਆ ਗਈ ਵੀ ਵੈਰੀ ਦਲ ਆ ਗਿਆ ਨਗਾਰੇ ਵਜਾਉਂਦਾ ਹੋਇਆ ਸਾਵਧਾਨ ਹੋਤੇ ਚਾਹੋਂ ਦਿਸ਼ ਫੇਰਾਏ ਆ ਸਾਵਧਾਨ ਤੇ ਪਹਿਲਾਂ ਹੀ ਸੀ ਚਾਰ ਸਫੇਰੇ ਕਰਤਾਰਪੁਰ ਦੇ ਫਿਚਰ ਰਹੇ ਸਨ ਦਿਜ ਮਲਕ ਜਾਤ ਤਿੰਨ ਮਹਿ ਫਿਰੰਤ ਤੇ ਮਲਕ ਦਿਜ ਮਲਕ ਜਾਤ ਜਾਤ ਮਲਕ ਜਾਂ ਜਾਤੀ ਮਲਕ ਜੋ ਗੁਰੂ ਦਾ ਸੂਰਮਾ ਹੈ ਬ੍ਰਾਹਮਣ ਇਹ ਸਾਰੇ ਮੋਰਚੇ ਦੀ ਰਾਤ ਦੇ ਸਮੇਂ ਸੰਭਾਲ ਕਰ ਰਿਹਾ ਹੈ ਜਿੰਨੇ ਵੀ ਸੂਰਮੇ ਪਹਿਰੇਦਾਰੀ ਕਰ ਰਹੇ ਨੇ ਗਸ਼ਤ ਕਰ ਰਹੇ ਹਨ ਉਹਨਾਂ ਦੇ ਵਿੱਚ ਵਿਚਰ ਵਿਚਰ ਕੇ ਵੇਖਦਾ ਹੈ ਵੀ ਕੋਈ ਦਲਿੱਦਰ ਤਾਂ ਨਹੀਂ ਕਾ ਪਾ ਕੇ ਬੈਠਾ ਕੋਈ ਆਸ ਤਾਂ ਨਹੀਂ ਕਰਦਾ ਜੇ ਤਿਆਰ ਸਭ ਕੋ ਕਹੰਤ ਤੇ ਸਾਰਿਆਂ ਨੂੰ ਕਹਿੰਦਾ ਵੀ ਉਹ ਆ ਗਿਆ ਵੈਰੀ ਦਲ ਨਗਾਰੇ ਵੱਜ ਗਏ ਹੈ ਹੁਣ ਤਿਆਰ ਹੋਵੋ ਸਾਵਧਾਨ ਰਹੋ ਆਪਣਾ ਬੰਦੂਕਾਂ ਕੱਸ ਲਵੋ ਸੁਧ ਕਰੋ ਗੁਰੂ ਟਿਗ ਸੁਧ ਕਰੋ ਗੁਰੂ ਟਿਗ ਜਾਏ ਤਾਏ ਤੇ ਮੈਂ ਕਹਿੰਦਾ ਵੀ ਨਗਰ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਖਬਰ ਦਿੰਦਾ ਹਾਂ ਫੌਜ ਦੀ ਤੁਸੀਂ ਮੇਰੇ ਮਗਰੋਂ ਇੱਥੇ ਤਿਆਰ ਬਰ ਤਿਆਰ ਰਹੇ ਹੋ ਸਵਧਾਨ ਬਨੋ ਹਿਤ ਲੜਨ ਆਏ ਹਾਂ ਵੈਰੀ ਆ ਗਏ ਨੇ ਤੁਸੀਂ ਲੜਨ ਵਾਸਤੇ ਸਾਵਧਾਨ ਰਹਿਣਾ ਹੈ ਕਹੇ ਕੋ ਭਜਾਏ ਪਹੁੰਚਿਓ ਤੁਰੰਗ ਇਹਵੇਂ ਜਾਤੀ ਮਲਕ ਸੂਰਮਾ ਘੋੜੇ ਨੂੰ ਭਜਾ ਕੇ ਤੇ ਤੁਰੰਤ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਣ ਪਹੁੰਚਿਆ ਉਤਰਿਓ ਸੋ ਪੌਰ ਅੰਤਰ ਬਰੰਤ ਮਹਾਰਾਜ ਦੇ ਦਰਵਾਜ਼ੇ ਦੇ ਦਰਸ਼ਨੀ ਡੇਰੀ ਦੇ ਬਾਹਰ ਆ ਕੇ ਉਤਰਿਆ ਹੈ ਜਾਤੀ ਮਲਕ ਆਇਆ ਗੁਰਾਂ ਨੂੰ ਸੁਨੇਹਾ ਦੇਣ ਵੀ ਫੌਜ ਆ ਗਈ ਉਧਰ ਮਹਾਰਾਜ ਵੀ ਸੋਚ ਕਿਰਿਆ ਕਰਕੇ ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਸਾਵਧਾਨ ਹੋ ਕੇ ਚੌਂਕੜਾ ਮਾਰ ਕੇ ਬੈਠੇ
ਬੈਠੇ ਸਨ। ਫਿਰ ਰੂਪ ਸੱਚ ਦਾ ਆਨੰਦ ਧਿਆਨ, ਤੇ ਜਿਹੜਾ ਆਪਣਾ ਮਹਾਰਾਜ ਦਾ ਸਵੈ ਸਰੂਪ ਹੈ ਸਤ ਚੇਤਨ ਆਨੰਦ, ਉਹਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਸੁਰਤੀ ਬਿਰਤੀ ਜੋੜੀ ਹੈ, ਭਾਵ ਸਮਾਧੀ ਲੀਨ ਸਨ ਮਹਾਰਾਜ। ਤਬ ਗਏ ਬਿਪਰਤੀ ਨਸਬ ਖਾਨ, ਉਸ ਵੇਲੇ ਜਾਤੀ ਮਲਕ ਮਹਾਰਾਜ ਜਿੱਥੇ ਸਮਾਧੀ ਲੀਨ ਸਨ ਉੱਥੇ ਆਣ ਪਹੁੰਚਿਆ ਤੇ ਗੁਰਾਂ ਨੂੰ ਕਹਿਣ ਲੱਗਾ ਦੋਵੇਂ ਹੱਥ ਜੋੜ ਕੇ, ਦਲ ਤੁਰਕ ਆਏ ਪਹੁੰਚਿਓ ਮਹਾਨ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਰਕਾਂ ਦਾ ਬੜਾ ਭਾਰੀ ਦਲ, ਬਹੁਤ ਮਹਾਨ ਫੌਜ ਵੈਰੀ ਦਲ ਦੀ ਆਪਣੇ ਨੇੜੇ ਹੀ ਆਣ ਪਹੁੰਚੀ ਆ, ਨਗਾਰੇ ਸੁਣਨ ਲੱਗ ਪਏ ਨੇ। ਜਿਵ ਹੋਏ ਹੁਕਮ ਕੀ ਚਿਹੇ ਉਪਾਏ, ਹੁਣ ਮਹਾਰਾਜ ਜਿਵੇਂ ਤੁਹਾਡਾ ਹੁਕਮ ਹੋਵੇ ਉਸੇ ਤਰ੍ਹਾਂ ਦਾ ਹੀ ਕੋਈ ਉਪਾਅ ਯਤਨ ਕਰੀਏ, ਕੀ ਆਗਿਆ ਹੈ ਸਾਡੇ ਵਾਸਤੇ। ਚੜ ਚਲਹੇ ਵੀਰ ਜਿਸ ਲੈ ਹੋ ਨਾਏ, ਮਹਾਰਾਜ ਹੁਣ ਜਿਹਦਾ ਨਾਮ ਲੈ ਕੇ ਹੁਕਮ ਕਰੋ ਉਹੀ ਸੂਰਮਾ ਸਭ ਤੋਂ ਪਹਿਲਾਂ ਆਪਣਾ ਜਥਾ ਲੈ ਕੇ ਅੱਗੇ ਚੜ ਕੇ ਤੁਰਕਾਂ ਨਾਲ ਜੰਗ ਕਰੇ, ਕਿਰਪਾ ਕਰਕੇ ਦੱਸੋ। ਪਾਕ ਬਿਪਰ ਰਹਿ ਠਾਂਡ ਤੀਰ, ਇਵੇਂ ਸਾਰੀ ਫੌਜ ਆਈ ਦੀ ਖਬਰ ਉਸ ਜਾਤੀ ਮਲਕ ਗੁਰਸਿੱਖ ਨੇ ਮਹਾਰਾਜ ਨੂੰ ਦੇ ਦਿੱਤੀ। ਸਤਿਗੁਰਾਂ ਸੁਣ ਕੇ ਬੋਲੇ ਨਹੀਂ ਹੈ ਮਹਾਰਾਜ, ਗੁਪਤੀ ਨੇ ਮੋਹਣੀ ਧਾਰਿਆ ਹੈ ਤੇ ਸਿੱਖ ਵੀ ਮਹਾਰਾਜ ਦੇ ਨੇੜੇ ਖਲੋ ਗਿਆ। ਸ੍ਰੀ ਹਰਗੋਬਿੰਦ ਸੁਨ ਵੀਰ ਧੀਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਵੱਡੇ ਵੀਰ ਬਹਾਦਰ ਨੇ ਤੇ ਨਾਲ ਧੀਰਜ ਧਾਰੀ ਵੀ ਨੇ, ਕਾਹਲੇ ਨੀ ਪੈਣ ਵਾਲੇ ਪਾਤਸ਼ਾਹ। ਜਪ ਕੀਨ ਪਾਠ ਚਿਤ ਏਕ ਹੋਏ, ਮਹਾਰਾਜ ਸਾਹਿਬ ਨੇ ਇਸ਼ਾਰਾ ਕਿਹਾ ਵੀ ਖੜਾ ਰਹਿ ਹੁਣ ਇੱਥੇ ਹੀ, ਤੇ ਇਸ਼ਾਰਾ ਕੀਤਾ ਤੇ ਸਿੱਖ ਤਾਂ ਖਲੋ ਗਿਆ। ਸਤਿਗੁਰੂ ਹਰਗੋਬਿੰਦ ਸਾਹਿਬ ਨੇ ਜਪ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਜਪ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਜੀ ਕਰਨ ਲੱਗ ਪਏ। ਪ੍ਰਭ ਸਰਬ ਕਲਾ ਸਮਰੱਥ ਸੋਏ, ਜੋ ਮਹਾਰਾਜ ਸਾਹਿਬ ਜੀ ਸਾਰੀਆਂ ਕਲਾ ਦੇ ਸਮਰੱਥ ਸ਼ਕਤੀਆਂ ਦੇ ਮਾਲਕ ਨੇ, ਇੱਕ ਚਿੱਤ ਹੋ ਕੇ ਮਹਾਰਾਜ ਨੇ ਜਪਜੀ ਸਾਹਿਬ ਪੜ੍ਹਨੀ ਆਰੰਭ ਕਰਤੀ। ਪਠ ਅੰਤ ਕੀਨ ਸਿਰ ਕੋ ਨਿਵਾਏ, ਤੇ ਫਿਰ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ ਤੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਤਿਗੁਰਾਂ ਨੇ ਸਿਰ ਨਵਾਇਆ ਹੈ, ਇਹ ਮਰਿਆਦਾ ਹੈ ਵੀ ਜਦੋਂ ਵੀ ਕੋਈ ਗੁਰਬਾਣੀ ਆਰੰਭ ਕਰਨੀ ਉਦੋਂ ਵੀ ਸਿਰ ਝੁਕਾਉਣਾ ਤੇ ਜਦੋਂ ਸਮਾਪਤ ਕਰਨੀ ਹੈ ਕੋਈ ਵੀ ਬਾਣੀ ਉਦੋਂ ਵੀ ਸਿੱਖ ਸਿਰ ਝੁਕਾਵੇ, ਇਹ ਮਹਾਰਾਜ ਸਾਹਿਬ ਦੇ ਸਮੇਂ ਤੋਂ ਮਰਿਆਦਾ ਤੁਰੀ ਆ ਰਹੀ ਹੈ। ਇੱਕ ਤਾਂ ਇਹ ਮਰਿਆਦਾ, ਦੂਸਰਾ ਵੇਖੋ ਉਧਰੋਂ ਜੰਗ ਦੀ ਖਬਰ ਸੁਣ ਕੇ ਵੀ ਗੁਰਬਾਣੀ ਪੜ੍ਹਨ ਲੱਗ ਪਏ ਮਹਾਰਾਜ, ਸਾਡੇ ਲਈ ਪੂਰਨੇ ਪਾ ਰਹੇ ਆ ਵੀ ਭਾਵੇਂ ਕਿੰਨੀ ਵੀ ਬਿਪਤਾ ਆਣ ਪਵੇ ਗੁਰਬਾਣੀ ਦਾ ਨਿਤਨੇਮ ਨਹੀਂ ਸਿੱਖ ਨੇ ਛੱਡਣਾ, ਗੁਰਬਾਣੀ ਦਾ ਆਸਰਾ ਨਹੀਂ ਛੱਡਣਾ, ਇਹ ਪੂਰਨੇ ਪਾ ਰਹੇ ਹਨ ਸਤਿਗੁਰੂ ਜੀ। ਇੱਧਰ ਜਦੋਂ ਜਪਜੀ ਸਾਹਿਬ ਦਾ ਪਾਠ ਸਮਾਪਤਾਂ ਦੀ ਥੋੜ੍ਹੀ ਨੇੜੇ ਹੋਈ ਜਦੋਂ ਤਾਂ ਜਿਹੜੇ ਸਾਵਧਾਨ ਸਨ ਸੂਰਮੇ ਬਾਹਰ ਅੱਗੇ, ਉਹਨਾਂ ਨੇ ਵੇਖਿਆ ਵੀ ਜਦੋਂ ਵੈਰੀ ਨੇੜੇ ਆ ਰਿਹਾ, ਉਹਨਾਂ ਨੇ ਫਾਇਰ ਕਰ ਦਿੱਤੇ। ਪ੍ਰਾਣ ਪ੍ਰਥਮ ਭਇਓ ਪ੍ਰਥਮ ਤਹਿ ਰੋਸ ਬਾੜ, ਇਸ ਤਰ੍ਹਾਂ ਪਹਿਲਾਂ ਜਿਹੜੇ ਬਾਹਰ ਖਲੋਤੇ ਸਨ ਉਹਨਾਂ ਨੇ ਗੁੱਸਾ ਧਾਰ ਕੇ ਜਿਹੜੇ ਅੱਗੇ ਵੱਧ ਆ ਰਹੇ ਸੀ ਉਹਨਾਂ ਦੇ ਨਾਲ ਜੰਗ ਕੀਤਾ, ਗੋਲੀ ਚਲਾ ਦਿੱਤੀ ਸੂਰਮੇ। ਜਿਮ ਪਾਠ ਵਿਖੇ ਪੁੱਜੇ ਅੰਤ ਥਾਂ, ਗੋਲੀ ਕਹਿੰਦੇ ਕਰਕੇ ਚੱਲੀ ਆ ਵੀ ਜਿਵੇਂ ਭੱਠੀ ਦੇ ਵਿੱਚ ਦਾਣੇ ਭੁੰਨੇ ਜਾਂਦੇ ਨੇ, ਕੜ ਤੜ ਤੜ ਦੀ ਆਵਾਜ਼ ਆਉਂਦੀ ਦਾਣੇ ਭੁੰਨਦੇ ਸਮੇਂ। ਸੁਣੀ ਅੰਤ ਤਥਾ ਬਹੁ ਸ਼ਬਦ ਕਾਨ, ਉਸੇ ਤਰ੍ਹਾਂ ਗੋਲੀ ਚੱਲਣ ਦਾ ਸ਼ਬਦ ਹੋ ਰਿਹਾ, ਆਵਾਜ਼ ਆ ਰਹੀ ਹੈ। ਇੱਕ ਤਾਂ ਰਾਤ ਹੈ ਟਿਕੀ ਹੋਈ, ਦੂਸਰਾ ਰਫਲ ਗੋਲੀਆਂ ਜਦੋਂ ਚੱਲਦੀਆਂ ਨੇ ਤੇ ਉਹਦਾ ਖੜਕਾ ਬਹੁਤ ਹੈ। ਤਬ ਭੰਨਿਓ ਬਿਪਰ ਸੋ ਛਿਪਰ ਜਾਏ, ਇੱਕ ਸੀ ਸਤਿਗੁਰਾਂ ਕੋਲ ਸੁਨੇਹਾ ਲੈ ਕੇ ਆਇਆ ਤਾਂ ਗਰੀਬ ਨਵਾਜ, ਸਤਿਗੁਰਾਂ ਨੇ ਉਸ ਵੇਲੇ ਕਿਹਾ ਵੀ ਛੇਤੀ ਦੇਣੀ ਜਾਓ ਤੁਸੀਂ ਵੀ। ਲੱਖੂ ਸੋ ਵੀਰ ਦੀ ਜੈ ਚੜਾਏ, ਆ ਭਾਈ ਲੱਖੂ ਜਿਹੜਾ ਬੜਾ ਵੀਰ ਬਹਾਦਰ ਹੈ ਉਹਨੂੰ ਚੜਾ ਦਿਓ। ਇਹ ਭਾਈ ਲੱਖੂ ਉਹੀ ਹੈ ਜਿਹਦੇ ਬਚਣ ਦੇ ਨਾਲ ਆਵੇ ਬੁੱਧੂ ਦੇ ਕੱਚੇ ਹੀ ਰਹਿ ਗਏ ਸਨ, ਵੀ ਤੇਰੇ ਆਵੇ ਤਾਂ ਕੱਚੇ ਹੀ ਰਹਿਣੇ ਆ, ਜਿੰਨਾ ਮਰਜ਼ੀ ਕਹਿੰਦਾ ਹੁਣ ਅਰਦਾਸਾਂ ਕਰਾ ਕੇ ਲੰਗਰ ਲਾ ਲਾ। ਅਤੇ ਪੰਜਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਵੀ ਇੱਦਾਂ ਹੀ ਹੋ ਜਿਵੇਂ ਸਿੱਖ ਨੇ ਕਹਿਤਾ। ਅਤੇ ਇੱਥੇ ਹੁਣ ਗੁਰੂ ਸਾਹਿਬ ਮਹਾਰਾਜ ਵਾਲੇ ਜੰਗ ਵਿੱਚ ਵੱਡਾ ਕੋਈ ਸੂਰਮਾ ਵੈਰੀਆਂ ਦਾ ਮਾਰਿਆ ਜਦੋਂ, ਤਾਂ ਭਾਈ ਲੱਖੂ ਨੂੰ ਮਹਾਰਾਜ ਨੇ ਸੈਨਾਪਤੀ ਬਣਾ ਦਿੱਤਾ। ਸੋ ਇਸ ਪ੍ਰਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜਾਤੀ ਮਲਕ ਨੂੰ ਜਾਓ ਛੇਤੀ ਜਾ ਕੇ ਭਾਈ ਲੱਖੂ ਵੀਰ ਬਹਾਦਰ ਨੂੰ ਚੜਾ
ਸੂਰਮਿਆਂ ਦੇ ਸਮੇਤ ਜਬ ਹਤੇ ਸੰਗਰਣ ਪ੍ਰਥਮ ਮਾਹੇ। ਕਿਉਂਕਿ ਜਦੋਂ ਪਹਿਲਾਂ ਮਹਾਰਾਜ ਦੇ ਹੁਕਮ ਨਾਲ ਇਹਨੇ ਬਰਸ਼ੀ ਮਾਰੀ ਸੀ ਤੁਰਕ ਦੇ ਕੇ ਸੈਨ ਪਤੇ ਲਖ ਸੁਬਟ ਤਾਹੇ। ਚੰਗਾ ਵਧੀਆ ਸੂਰਮਾ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਜਥੇਦਾਰ ਬਣਾ ਤਾ ਸੀ। ਗੁਰ ਕਹਿਓ ਪੰਜ ਸੈ ਸੈਨ ਸੰਗ। ਮਹਾਰਾਜ ਕਹਿੰਦੇ 500 ਤਿਆਰ ਬੁਰ ਤਿਆਰ ਸੂਰਮੇ ਨਾਲ ਲੈ ਕੇ ਜਾਵੇ ਲਖੂ ਤੁਰਕਾਨ ਹਾਨ ਹਿਤ ਰਚੇ ਜੰਗ ਤੇ ਵੈਰੀਆਂ ਨੂੰ ਮਾਰੇ ਇਸ ਤਰ੍ਹਾਂ ਭਾਰੀ ਜੰਗ ਕਰੇ ਸਭ ਤੋਂ ਪਹਿਲਾਂ ਜਾ ਕੇ ਪਟ ਮਿਹਰ ਚੰਦ ਅੰਮੀਆਂ ਸੋ ਦੋਏ। ਤੇ ਫਿਰ ਮਹਾਰਾਜ ਕਹਿੰਦੇ ਇੱਕ ਮਿਹਰ ਚੰਦ ਸੂਰਮਾ ਤੇ ਦੂਸਰਾ ਭਾਈ ਅੰਮੀਆਂ ਜਿਹੜੇ ਇਹ ਵੀ ਦੋਵੇਂ ਬਹਾਦਰ ਹਨ। ਦਲ ਸੰਗ 400 ਲੇਹੇ ਸੋਏ। ਇਹ ਵੀ ਆਪਣੇ ਨਾਲ 400 ਦੀ ਗਿਣਤੀ ਦੇ ਵਿੱਚ ਫੌਜ ਨੂੰ ਲੈ ਲੈਣ। ਤਿਸ ਕੀ ਸਹਾਇ ਮਹਿ ਸਾਵਧਾਨ। ਕਹਿੰਦੇ ਵੀ ਉਹਦੀ ਸਹਾਇਤਾ ਵਾਸਤੇ ਸਾਵਧਾਨ ਹੋ ਜਾਣ। ਜਿਵੇਂ ਅੱਗੇ ਅੱਗੇ 500 ਸੂਰਮਿਆਂ ਦੇ ਨਾਲ ਤੁਰਕਾਂ ਦੇ ਨਾਲ ਲੜੇਗਾ ਭਾਈ ਲਖੂ ਤੇ ਉਹਦੀ ਪਿੱਛੋਂ ਜਿਹੜੀ ਸਹਾਇਤਾ ਕਰਨੀ ਜਿਵੇਂ ਅੱਜ ਦੀ ਬੋਲੀ ਵਿੱਚ ਕਹਿ ਦਿੰਦੇ ਨਾ ਵੀ ਬੈਕਅਪ ਦੇਣੀ ਵੀ ਪਿੱਛਿਓ ਨਾਲ ਸਹਾਈ ਹੋਣਾ ਕਵਰ ਫਾਇਰ ਦੇਣਾ ਇਹ ਬੋਲੀਆਂ ਵਰਤਦੇ ਨੇ। ਇਵੇਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਜਾ ਕੇ ਲੱਖੂ ਨੂੰ ਅੱਗੇ ਤੋਰ ਦਿਓ ਭਾਈ ਲੱਖੂ ਦੇ ਮਗਰ। ਇਹ ਜਿਹੜੇ ਦੋਵੇਂ ਸੂਰਮੇ ਹਨ ਭਾਈ ਮਿਹਰ ਚੰਦ ਅਤੇ ਭਾਈ ਅਮੀਆਂ ਇਹ 400 ਸੂਰਮੇ ਲੈ ਕੇ ਮਗਰ ਰਹਿਣ ਜੇ ਲੋੜ ਪਵੇ ਤਾਂ ਨਾਲ ਰਲ ਜਾਣ। ਦੋਹੋਂ ਦਿਸ਼ਾ ਰਹੇ ਰਿਪ ਕਰੇ ਹਾਨ। ਸੋ ਇਸ ਪ੍ਰਕਾਰ ਦੇ ਨਾਲ ਦੋਹੋਂ ਦਿਸ਼ ਰਹੇ ਰਿਪ ਕਰੇ ਹਾਨ। ਕਹਿੰਦੇ ਵੀ ਦੋਵੇਂ ਪਾਸੋਂ ਵੈਰੀਆਂ ਦਾ ਨਾਸ ਕਰੋ। ਨੌ ਸੈਸਾ ਔਰ ਹੈ ਸ਼ੇਖ ਜੋਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਕੀ ਜਿਹੜੇ 900 ਘੋੜ ਸਵਾਰ ਹਨ ਔਰ ਕਰਹੇ ਰਸ਼ ਚਹੋਂ ਦਿਸ਼ਨ ਸੋਏ ਉਹ ਬਾਕੀ ਸਾਰੇ ਨਗਰ ਦੀ ਰੱਸ਼ਿਆ ਕਰਨ। ਇਹ 1800 ਸੀ ਨਾ ਮਹਾਰਾਜ ਕੋਲ ਵੀਰ ਬਹਾਦਰ ਜਦੋਂ ਗੁਰੂ ਸਾਹਿਬ ਮਹਾਰਾਜ ਗਏ ਉਦੋਂ 3000 ਸੂਰਮੇ ਸਨ ਬਾਕੀ ਉੱਥੇ ਸ਼ਹੀਦ ਹੋ ਗਏ ਜੰਗ ਦੇ ਵਿੱਚ। ਉਹਨਾਂ ਦੇ 35000 ਦੇ ਕਰੀਬ ਮਾਰੇ ਗਏ ਦਰ ਮਹਾਰਾਜ ਦੇ 1200 ਸਿੱਖ ਸ਼ਹੀਦ ਹੋਏ ਸਨ ਅਤੇ ਹੁਣ 1800 ਨੇ 900 ਤਾਂ ਕਹਿੰਦੇ ਵੀ ਚੜ੍ਹਾਈ ਕਰਕੇ ਚਲੇ ਜਾਓ ਅਤੇ ਬਾਕੀ ਜਿਹੜਾ 900 ਬਚਿਆ ਹੈ ਉਹ ਨਗਰ ਦੇ ਵਿੱਚ ਨਗਰ ਦੀ ਸਾਵਧਾਨਤਾ ਦੇ ਨਾਲ ਪਹਿਰੇਦਾਰੀ ਕਰੋ ਵੀ ਕੋਈ ਨਗਰ ਵਿੱਚ ਨਾ ਦੁਸ਼ਮਣ ਆ ਪ੍ਰਵੇਸ਼ ਹੋਏ। ਪਟ ਹੋਤੇ ਅਸ਼ਟ 10 ਸੈ ਤੁਰੰਗ। ਸੋ ਇਸ ਪ੍ਰਕਾਰ ਨਾਲ ਜਿਹੜੇ 1800 ਸੂਰਮੇ ਸੀ ਮਹਾਰਾਜ ਦੇ ਜੋ ਸਭ ਜੋ ਬਚੇ ਜੋ ਬਚੇ ਕਰਤ ਜੰਗਲ ਸੋ ਜੰਗ ਜਿਹੜੇ ਜੰਗਲ ਦੇਸ਼ ਦੇ ਵਿੱਚ ਜੰਗ ਕਰਦੇ ਹੋਇਆ ਬਾਕੀ ਬਚੇ ਸਨ ਸਿੱਖ ਹੋਤੇ ਬਹੁਤ ਦੇਸ਼ਾਂ ਨੇ ਆਏ। ਇਸ ਪ੍ਰਕਾਰ ਦੇ ਨਾਲ ਸੂਰਮੇ ਤਾਂ 1800 ਸੀ ਬਾਕੀ ਜਿਹੜੇ ਸਿੱਖ ਗ੍ਰਿਸ਼ਤੀ ਘਰਾਂ 'ਚ ਰਹਿਣ ਵਾਲੇ ਉਹ ਵੀ 4 ਸਫੇਰਿਆਂ ਦੂਰ ਦਿਸ਼ਾਵਾਂ ਤੋਂ ਮਹਾਰਾਜ ਦੇ ਕੋਲ ਆਉਂਦੇ ਹੀ ਰਹਿੰਦੇ ਸਨ ਕੋਈ ਮਹੀਨਾ ਕੋਈ 6 ਮਹੀਨੇ ਇੱਦਾਂ ਰਹਿੰਦੇ ਹੁੰਦੇ ਸਨ ਦਲ ਵਿੱਚ ਆ ਕੇ ਸਤਿਗੁਰਾਂ ਦੇ। 1800 ਦਾ ਜਿਹੜਾ ਪੱਕਾ ਹੀ ਰਹਿੰਦਾ ਹੈ ਬਾਕੀ ਜਿਹੜੇ 6 ਮਹੀਨਾ 4 ਮਹੀਨੇ ਜਿੰਨਾ ਕਿਸੇ ਦਾ ਮਨ ਕਰਦਾ ਹੈ ਸੇਵਾ ਕਰਨ ਆਉਂਦੇ ਸੀ ਉਹ ਵੀ ਸਿੱਖ ਕਾਫੀ ਪਹੁੰਚੇ ਨੇ। ਸਭ ਹੋਏ ਸੁਚੇਤ ਸਤਿਗੁਰ ਲਾਏ। ਗੁਰੂ ਮਹਾਰਾਜ ਸਾਹਿਬ ਦੇ ਹੁਕਮ ਦੇ ਨਾਲ ਸਾਰੇ ਸੁਚੇਤ ਤਿਆਰ ਬੁਰ ਤਿਆਰ ਹੋ ਗਏ। ਨਿਜ ਮਲਕ ਜਾਤ ਸੁਨ ਹੁਕਮ ਤਾਏ। ਮਲਕ ਜਾਤ ਮਲਕ ਜਾਤੀ ਦਾ ਜਿਹੜਾ ਸੂਰਮਾ ਹੈ ਮਲਕ ਜਾਤ ਦਿਜ ਜਾਤੀ ਦਾ ਮਹਾਰਾਜ ਦਾ ਹੁਕਮ ਸੁਣ ਕੇ ਦੌੜ ਗਿਆ। ਲੱਖੂ ਪ੍ਰਚੰਡ ਦੀਨ ਚੜਾਏ। ਭਾਈ ਲੱਖੂ ਜਿਹੜਾ ਬੜਾ ਪ੍ਰਚੰਡ ਬਲੀ ਯੋਧਾ ਹੈ ਉਹਨੂੰ ਕਿਹਾ ਵੀ ਗੁਰੂ ਸਾਹਿਬ ਦੀ ਆਗਿਆ ਵੀ ਤੂੰ ਚੜ ਜਾਏ ਗੁਰਾਂ ਦਾ ਹੁਕਮ ਮੰਨ ਕੇ ਉਸੇ ਵੇਲੇ ਤੁਰ ਪਿਆ। ਪਸ਼ਚਾਤ ਸੈਨ ਪਤ ਜੁਗ ਸੁਚੇਤ। ਮਹਾਰਾਜ ਸਾਹਿਬ ਦੇ ਹੁਕਮ ਨਾਲ ਭਾਈ ਲੱਖੂ ਚੜਿਆ ਤੇ ਪਿੱਛੇ 500 ਘੋੜ ਸਵਾਰ ਸੁਚੇਤ ਹੋ ਕੇ ਤੁਰ ਪਏ ਹਨ। ਸੁਨ ਹੁਕਮ ਚੜੇ ਬੜ ਜੰਗ ਹੇਤ। ਤੇ ਦੂਜੇ ਦੋ ਸੈਨਾਪਤੀ ਵੀ ਜਿਹੜਾ ਮਹਾਰਾਜ ਦੀ ਆਗਿਆ ਨਾਲ ਮਿਹਰ ਚੰਦ ਤੇ ਭਾਈ ਅਮੀਆਂ ਉਹ ਵੀ ਨਾਲ ਹੀ ਤੁਰ ਪਏ। ਬਹੁ ਭਾਇਓ ਕੁਲਾਹਲ ਸਗਲ ਥਾਨ। ਇਸ ਪ੍ਰਕਾਰ ਦੇ ਨਾਲ ਵੱਡਾ ਜੰਗ ਮੱਚ ਗਿਆ। ਜਦੋਂ ਜੰਗ ਹਿੱਤ ਸੂਰਮੇ ਤੁਰੇ ਨੇ ਬੜਾ ਕੁਲਾਹਲ ਮੱਚ ਗਿਆ। ਮਾਰ ਲੋ ਫੜ ਲੋ ਦੀਆਂ ਆਵਾਜ਼ਾਂ ਸੁਣਦੇ ਨੇ। ਚੱਲ ਜਵਾਲਾ ਬੰਮਣੀ ਸ਼ਬਦ ਠਾਨ। ਤੇ ਜਵਾਲਾ ਬੰਮਣੀ ਕਹਿੰਦੇ ਨੇ ਬੰਦੂਕ ਨੂੰ ਰਫਲ ਨੂੰ। ਤੇ ਫਿਰ ਬੰਦੂਕਾਂ ਦੇ ਵਿੱਚੋਂ ਜਦ ਗੋਲੀਆਂ ਚੱਲਦੀਆਂ ਤੇ ਬਹੁਤ ਭਾਰੀ ਸ਼ਬਦ ਉੱਠਦਾ ਬੜੀ ਆਵਾਜ਼ ਸੁਣਦੀ ਹੈ। ਸੂਰਨ ਅਨੰਤ ਕਾ ਤੁਰ ਡਰੰਤ। ਤੇ ਜਦੋਂ ਇਵੇਂ ਸ਼ਬਦ ਹੁੰਦਾ ਉੱਚੀ ਆਵਾਜ਼ ਹੁੰਦੀ ਜਿਹੜੇ ਤਾਂ ਸੂਰਮੇ ਹੈ
ਉਹਨਾਂ ਨੂੰ ਬੜਾ ਚਾਅ ਚੜ੍ਹਦਾ ਆਨੰਦ ਚੜ੍ਹਦਾ ਹੈ ਉਹਨਾਂ ਨੂੰ ਤੇ ਉਹ ਹੈ ਵੀ ਜਿਵੇਂ ਸ਼ਗਨ ਦੀਆਂ ਘੋੜੀਆਂ ਗਾਈਆਂ ਜਾ ਰਹੀਆਂ ਨੇ ਪਰ ਜਿਹੜੇ ਕਾਇਰ ਹਨ ਉਹ ਡਰਦੇ ਨੇ ਵੀ ਇਹ ਹੁਣ ਕੀ ਬਣੂਗਾ ਸਾਡੇ ਨਾਲ ਗੁਰ ਕੇ ਨਿਸ਼ਾਨ ਉੱਚੇ ਬਜੰਤ ਇਧਰੋਂ ਗੁਰੂ ਮਹਾਰਾਜ ਸਾਹਿਬ ਦੇ ਨਗਾਰੇ ਵੀ ਉੱਚੀ ਉੱਚੀ ਆਵਾਜ਼ ਵਿੱਚ ਵੱਜੇ ਹਨ ਦੋਹਰੀ ਚੋਬ ਗੁਰੂ ਕੇ ਸੂਰਮਿਆਂ ਵੀ ਲਾ ਤੀ ਵੀ ਜਵਾਬੀ ਸੁਣ ਜਾਵੇ ਵੀ ਇੱਧਰ ਵੀ ਅਸੀਂ ਤਿਆਰ ਪਰ ਤਿਆਰ ਹਾਂ ਆ ਜਾਓ ਢਿੱਲ ਨਹੀਂ ਕਰਾਂਗੇ ਹੁਣ ਤਬ ਸ੍ਰੀ ਗੁਰਦਿੱਤਾ ਨਿਕਟੇ ਆਏ ਜਦੋਂ ਜੰਗ ਦਾ ਨਗਾਰਾ ਵੱਜ ਗਿਆ ਤੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਕੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਚਾਹੁੰਦੇ ਨੇ ਵੀ ਮਹਾਰਾਜ ਕਰਾਂ ਆਗਿਆ ਦੇਣ ਤਾਂ ਮੈਂ ਜੰਗ ਵਿੱਚ ਜਾਵਾਂ ਕਰ ਤਰਿਓ ਧਨੁੱਖ ਨਿਸ਼ਠੁਰ ਕਰਾਲ ਹੱਥ ਵਿੱਚ ਕਹਿੰਦੇ ਵੀ ਧਨੁੱਖ ਧਾਰਨ ਕੀਤਾ ਹੈ ਜਿਹੜਾ ਬੜਾ ਹੀ ਨਿਸ਼ਠੁਰ ਕਰੋ ਕਠੋਰ ਹੈ ਅਤੇ ਜਿਹੜਾ ਬਲ ਨਾਲ ਚਲਾਇਆ ਜਾਵੇ ਬੜਾ ਕਰਾਲ ਭਿਆਨਕ ਹੈ ਵੀ ਜਦੋਂ ਤੀਰ ਨਿਕਲੇ ਤੇ ਛੂੰ ਛੂੰ ਕਰਦਾ ਜਾਂਦਾ ਏ ਮੇਰੇ ਸੁਭਟਨ ਮੈਂ ਪੂਰਬ ਕਹੰਤ ਕਿਉਂਕਿ ਬਾਬਾ ਗੁਰਦਿੱਤਾ ਜੀ ਸੂਰਮਿਆਂ ਨਾਲ ਮਿਲ ਕੇ ਪਹਿਲਾਂ ਵੀ ਇਹ ਗੱਲਬਾਤ ਕਰਦੇ ਹੀ ਰਹਿੰਦੇ ਸਨ ਹਾਲਾਂ ਜਦੋਂ ਇਹ ਜੰਗ ਸ਼ੁਰੂ ਨਹੀਂ ਹੋਇਆ ਰਣ ਸਮੇਂ ਨ ਪਿਤ ਕੇ ਢਿੱਗ ਰਹੰਤ ਇਹ ਮਨ ਵਿੱਚ ਉਹਨਾਂ ਦੇ ਰੋਸ ਸੀ ਵੀ ਮੈਂ ਤਿੰਨ ਵਾਰਾਂ ਅੱਗੇ ਜੰਗ ਹੋਈ ਹੈ ਜਿੰਨੀ ਵਾਰਾਂ ਵੀ ਜੰਗ ਹੋਈ ਹੈ ਸਤਿਗੁਰਾਂ ਦੇ ਨੇੜੇ ਰਹਿਣ ਦਾ ਮੈਨੂੰ ਮੌਕਾ ਨਹੀਂ ਮਿਲਿਆ ਚਿਤ ਚਹਿਤ ਰਹਿਤ ਲਹਿ ਮੁਦਤਵਾਨ ਤੇ ਬੜੀ ਖੁਸ਼ੀ ਦੇ ਨਾਲ ਬਾਬਾ ਗੁਰਦਿੱਤਾ ਜੀ ਸੂਰਮਿਆਂ ਨੂੰ ਕਹਿੰਦੇ ਹੁੰਦੇ ਸੀ ਵੀ ਜੰਗ ਸਮੇਂ ਮੈਂ ਕਦੀ ਵੀ ਪਿਤਾ ਜੀ ਦੇ ਪਾਸ ਨਹੀਂ ਹੋਇਆ ਮੇਰਾ ਚਿੱਤ ਚਾਓ ਦੇ ਨਾਲ ਭਰਿਆ ਹੋਇਆ ਮੇਰਾ ਚਿੱਤ ਚਾਹੁੰਦਾ ਹੈ ਵੀ ਮੈਂ ਵੀ ਜੰਗ ਕਰਾਂ ਜੋ ਸ਼ਸਤਰ ਵਿੱਦਿਆ ਸਿੱਖੀ ਹੈ ਮੈਂ ਵੀ ਇਹਦੇ ਜੌਹਰ ਵਖਾਵਾਂ ਲਖ ਪੁੱਤਰ ਕਾਮਨਾ ਗੁਰ ਬਖਾਨ ਸੋ ਹੁਣ ਬਾਬਾ ਜੀ ਨੂੰ ਮੌਕਾ ਮਿਲਿਆ ਗੁਰਦਿੱਤਾ ਜੀ ਨੂੰ ਤਾਂ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਆ ਕੇ ਬੇਨਤੀ ਕੀਤੀ ਆਪਣੇ ਵੱਡੇ ਸਾਹਿਬਜ਼ਾਦੇ ਦੀ ਜੰਗ ਦੀ ਕਾਮਨਾ ਜਾਣ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਅੰਧਕਾਰ ਕਹਿੰਦੇ ਹੇ ਗੁਰਦਿੱਤਾ ਜੀ ਜਿੰਨਾ ਚਿਰ ਆਕਾਸ਼ ਦੇ ਵਿੱਚ ਹਨੇਰਾ ਹੈ ਨਾ ਅੰਧਕਾਰ ਹੈ ਪਰ ਅਪਰ ਨਰਨ ਨਹਿ ਪਰਨ ਚਿਨਾਰ ਤੇ ਰਾਤ ਦੇ ਸਮੇਂ ਜਿਹੜਾ ਜੰਗ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਇਹ ਆਪਣਾ ਹੈ ਜਾਂ ਪਰਾਇਆ ਹੈ ਆਪਣੇ ਜਾਂਦੇ ਕਈ ਜੰਗ ਅੰਦਰ ਤਬ ਲੱਗੇ ਨਗਰ ਮਹਿ ਰਹੋ ਫਿਰੰਤ ਇਸ ਕਰਕੇ ਤੁਸੀਂ ਨਾ ਜਾਇਓ ਇਹ ਨਾ ਹੋਵੇ ਵੀ ਤੁਸੀਂ ਆਪਣੇ ਸ਼ਸਤਰ ਵਿੱਦਿਆ ਦੇ ਜੌਹਰ ਵਿਖਾਉਣੇ ਹੈ ਅਤੇ ਕਦੇ ਉਹਦੇ ਵਿੱਚ ਆਪਣੀ ਸਿੱਖ ਨਾਲ ਸ਼ਹੀਦ ਹੋ ਜਾਣ ਕਿਉਂਕਿ ਰਾਤ ਦੇ ਹਨੇਰੇ ਵਿੱਚ ਜੰਗ ਸਮੇਂ ਪਤਾ ਨਹੀਂ ਲੱਗਦਾ ਅਤੇ ਜੰਗ ਵਿੱਚ ਫੌਜ ਦੇ ਨਾਲ ਬਾਬਾ ਗੁਰਦਿੱਤਾ ਜੀ ਰਹੇ ਵੀ ਨਹੀਂ ਬਹੁਤਾ ਤਾਂ ਕਿ ਪੂਰੀ ਫੌਜ ਦੀ ਪਛਾਣ ਵੀ ਨਹੀਂ ਹੈ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੁਕਮ ਹੋਇਆ ਵੀ ਤੁਸੀਂ ਜਿੰਨਾ ਚਿਰ ਹਨੇਰਾ ਹੈ ਨਗਰ ਦੇ ਵਿੱਚ ਹੀ ਸਾਵਧਾਨ ਹੋ ਕੇ ਪਹਿਰੇਦਾਰੀ ਕਰੋ ਸਾਵਧਾਨ ਸਭਨ ਜੋਧਾ ਕਰੰਤ ਤੇ ਜਿਹੜੇ ਬਾਕੀ 900 ਸੂਰਮਿਆਂ ਨੂੰ ਅਸੀਂ ਹੁਕਮ ਕੀਤਾ ਵੀ ਤੁਸੀਂ ਕਰਤਾਰਪੁਰ ਦੀ ਨਿਗਰਾਨੀ ਕਰਨੀ ਉਹਨਾਂ ਨੂੰ ਸਾਵਧਾਨ ਕਰੋ ਉਹਨਾਂ ਦਾ ਹੌਸਲਾ ਵਧਾਓ ਹੋਏ ਪ੍ਰਾਤ ਲਰਹੇ ਤਬ ਖੇਤ ਮਾਹੇ ਹੋਏ ਪ੍ਰਾਤ ਲਰਹੇ ਤਬ ਖੇਤ ਮਾਹੇ ਜਦੋਂ ਸਵੇਰ ਹੋਵੇਗੀ ਫਿਰ ਜੰਗ ਦੇ ਵਿੱਚ ਜਾ ਕੇ ਤੁਸੀਂ ਲੜਿਓ ਬੇਸ਼ੱਕ ਗਨ ਤੁਰਕ ਆਏ ਹੱਥ ਪ੍ਰਾਣ ਤਾਹੇ ਬਹੁਤ ਤੁਰਕ ਆਉਣਗੇ ਚੜ੍ਹ ਕੇ ਉਹਨਾਂ ਦੇ ਪ੍ਰਾਣਾਂ ਦੀ ਹਾਨੀ ਕਰਿਓ ਵੈਰੀਆਂ ਨੂੰ ਮੁਸਲਿਆਂ ਨੂੰ ਮਾਰਿਓ ਮੈਦਾਨ ਵਿੱਚ ਫੇਰ ਹਿਮ ਪਿਤਾ ਬਾਕ ਕੋ ਸੀਸ ਧਾਰ ਇਸ ਤਰ੍ਹਾਂ ਆਪਣੇ ਪਿਤਾ ਸਤਿਗੁਰੂ ਦਾ ਬਚਨ ਸਿਰ ਧਾਰ ਕੇ ਭਾਵ ਕੇ ਸਿਰ ਮੱਥੇ ਪ੍ਰਵਾਨ ਕੀਤਾ ਹੁਕਮ ਸਤ ਕਹਿ ਕੇ ਮੰਨਿਆ ਹੈ ਚੜਿਓ ਫਰੰਤ ਸੂਰਨ ਮਜਾਰ ਘੋੜੇ ਦੇ ਸਵਾਰ ਹੋ ਗਏ ਬਾਬਾ ਗੁਰਦਿੱਤਾ ਜੀ ਸੂਰਮਿਆਂ ਦੇ ਵਿੱਚ ਫਿਰਦੇ ਨੇ ਜਿਤ ਗੋਲ ਤੁਰਕ ਕੋ ਆਏ ਜ਼ੋਰ ਜਿਤ ਗੋਲ ਤੁਰਕ ਕੋ ਆਏ ਜ਼ੋਰ ਜਿਹੜੇ ਪਾਸੇ ਕਦੇ ਤੁਰਕਾਂ ਦਾ ਕੋਈ ਗੋਲ ਭਾਵ ਝੁੰਡ ਜਿਹਾ ਕੋਈ ਜਥਾ ਜਿਹਾ ਬਣਾ ਕੇ ਹਮਲਾ ਕਰਨ ਵਾਸਤੇ ਆਉਂਦੇ ਨੇ ਤਿਤ ਜਾਤ ਸੂਰਮੇ ਦੌੜ ਦੌੜ ਜਿਹੜੇ ਸੂਰਮੇ ਨੇ ਦੌੜ ਦੌੜ ਕੇ ਉਸ ਪਾਸੇ ਨੂੰ ਜਾਂਦੇ ਨੇ ਤੁਰਕ ਜਿਹੜੀ ਟੁਕੜੀ ਜੀ ਬਣਾ ਕੇ ਜਦੋਂ ਅੱਗੇ ਵੱਧਦੇ ਆ ਤੇ ਸੂਰਮੇ ਅੱਗੇ ਭੱਜ ਭੱਜ ਕੇ ਉਹਨਾਂ ਵੱਲ ਪੈਂਦੇ ਹਨ ਤਜ ਤੁਪਕ ਤੁੰਡ ਕੋ ਤੋਰ ਤੋਰ ਤੇ ਸੂਰਮੇ ਉਸੇ ਵੇਲੇ ਬੰਦੂਕਾਂ ਚਲਾਉਂਦੇ ਹਨ ਤਜ ਤੁਪਕ ਬੰਦੂਕਾਂ ਚਲਾ ਕੇ ਤੁੰਡ ਕੋ ਤੋਰ ਤੋਰ ਮੂੰਹ ਭੰਨੀ ਜਾ ਰਹੇ ਹਨ ਵੈਰੀਆਂ ਦੇ ਕਰ ਘੋਰ ਜੰਗ ਦੈਨ ਮੋਰ ਮੋਰ ਇਹਨੇ ਘੋਰ ਭਿਆਨਕ ਜੰਗ ਕਰਕੇ ਜਿਹੜੇ ਅੱਗੇ ਚੜ੍ਹਦੇ ਆਉਂਦੇ ਨੇ ਉਹਨਾਂ ਨੂੰ ਮੋੜ ਦਿੰਦੇ ਨੇ ਪਛਾਣ ਨੂੰ ਕਰ ਦਿੰਦੇ
ਦਿੰਦੇ ਹਨ, ਪਿੱਛੇ ਨੂੰ ਦੜਾ ਦਿੰਦੇ ਹਨ। ਤੀਖਣ ਖਤੰਗ ਤਬ ਸ਼ੋਰ ਸ਼ੋਰ, ਪਹਿਲਾਂ ਗੋਲੀਆਂ ਚਲਾਉਂਦੇ ਨੇ, ਫਿਰ ਮਗਰੇ ਹੀ ਤਿੱਖੇ ਤੀਰ ਛੱਡ ਛੱਡ ਕੇ ਸੂਰਮੇ। ਸ਼ਤਰੰਜ ਸਰੀਰ ਗਨ ਫੋਰ ਫੋਰ, ਬਹੁਤੇ ਵੈਰੀਆਂ ਦੇ ਸਰੀਰਾਂ ਨੂੰ ਫੋੜ ਫੋੜ ਕੇ ਘਾਉ ਜ਼ਖਮ ਲਾ ਲਾ ਕੇ। ਗਨ ਤੁਰਕ ਜੇ ਹੇਲਾ ਕਾਲ ਕਾਲ, ਗਨ ਤੁਰਕ ਜੇ ਜਿਹੜੇ ਬਹੁਤੀ ਗਿਣਤੀ ਤੁਰਕ ਹੇਲਾ ਘਾਲ ਘਾਲ ਹਮਲਾ ਕਰਕੇ ਅੱਗੇ ਨੂੰ ਵਧਦੇ ਹਨ। ਹਾਇ ਸੂਰ ਮਾਰ ਸ਼ਿਤ ਡਾਲ ਡਾਲ, ਉਹ ਅੱਗੇ ਵਧੇ ਹੋਏ ਸੂਰਮਿਆਂ ਨੂੰ ਉਹਨਾਂ ਦੇ ਘੋੜਿਆਂ ਨੂੰ ਇਵੇਂ ਗੋਲੀਆਂ ਦੇ ਤੀਰਾਂ ਦੇ ਨਾਲ ਧਰਤੀ ਦੇ ਮਾਰ ਮਾਰ ਸਿੱਖ ਸੁੱਟੀ ਜਾ ਰਹੇ ਹਨ। ਕਮਸਾਨ ਕਨੋ ਕਰ ਬਾਰ ਬਾਰ, ਇਵੇਂ ਵਾਰ ਵਾਰ ਗੁਰੂ ਕੇ ਸਿੱਖ ਕਮਸਾਨ ਦਾ ਭਿਆਨਕ ਯੁੱਧ ਕਰਦੇ ਨੇ। ਜੇ ਪਰਹੇ ਆਏ ਤਿੰਨ ਮਾਰ ਮਾਰ, ਕਹਿੰਦੇ ਵੀ ਜੇ ਪਰਹੇ ਆਏ ਤਿੰਨ ਮਾਰ ਮਾਰ, ਜਿਹੜਾ ਵੀ ਆ ਕੇ ਪੈਂਦਾ ਹੈ, ਜਿਹੜਾ ਵੀ ਗੁਰੂ ਕੇ ਸਿੱਖਾਂ ਦੇ ਦਾ ਆ ਜਾਂਦਾ ਉਹਨੂੰ ਮਾਰ ਮਾਰ ਲਓ ਮਾਰ ਲਓ ਮਾਰ ਲਓ ਕਰਕੇ ਢਾ ਲੈਂਦੇ ਹਨ। ਪਰਮਾਣ ਕਾ ਛੰਦ ਤੁਫੰਗ ਸ਼ੋਰ ਸ਼ੋਰ ਕੈ, ਇਸ ਤਰ੍ਹਾਂ ਗੋਲੀਆਂ ਚਲਾ ਚਲਾ ਕੇ ਸੂਰਮਿਆਂ ਨੇ ਖਤੰਗ ਚਾਂਪ ਜ਼ੋਰ ਕੈ, ਜਦੋਂ ਗੋਲੀਆਂ ਇੱਕ ਤਰ੍ਹਾਂ ਚੱਲ ਜਾਂਦੀਆਂ ਤੇ ਫਿਰ ਤਿੱਖੇ ਤੀਰ ਜਿਹੜੇ ਹਨ ਉਹ ਧਨਖ ਵਿੱਚ ਚਾੜ ਕਰਕੇ ਖਿੱਚ ਖਿੱਚ ਕੇ ਪ੍ਰਹਾਰ ਛੱਤਰ ਗੇਰ ਤੇ ਵਾਰ ਕਰਕੇ ਸ਼ਤਰੂਆਂ ਨੂੰ ਮੈਦਾਨ ਵਿੱਚ ਸੁੱਟੀ ਜਾ ਰਹੇ ਹਨ। ਪਰੇ ਬਿਹਾਲ ਟੇਰ ਤੇ, ਤੇ ਜਿਹੜੇ ਧਰਤੀ ਦੇ ਡਿੱਗੇ ਨੇ ਬੜੇ ਬਿਹਾਲ ਦੁਖੀ ਹੋਏ, ਟੇਰ ਦੇ ਪੁਕਾਰਦੇ ਹਨ, ਹਾਏ ਮਰ ਗਏ ਹਾਏ ਲੁੱਟੇ ਗਏ। ਤੁਰੰਗ ਅੰਗ ਭੰਗ ਹਵੈ, ਜਿੱਥੇ ਸੂਰਮੇ ਤਾਂ ਤੁਰਕਾਂ ਦੇ ਡਿੱਗਈ ਹੈ ਉੱਥੇ ਕਈ ਘੋੜਿਆਂ ਦੇ ਵੀ ਅੰਗ ਭੰਗ ਹੋ ਗਏ। ਅੰਤ ਸੂਰ ਸੰਗ ਹਵੈ, ਤੇ ਬਹੁਤੇ ਘੋੜੇ ਵੀ ਸੂਰਮਿਆਂ ਦੇ ਨਾਲ ਹੀ ਮੈਦਾਨ ਵਿੱਚ ਡਿੱਗਣ ਲੱਗ ਪਏ। ਤਜੰਤ ਫੇਰ ਧਾਏ ਹੈ, ਤਜੰਤ ਫੇਰ ਧਾਏ ਹੈ, ਤੇ ਕਹਿੰਦੇ ਵੀ ਕਈ ਜਿਹੜੇ ਹਨ ਜਦੋਂ ਡਿੱਗਦੇ ਨੇ ਤੇ ਕਈਆਂ ਦੇ ਘੋੜੇ ਡਿੱਗ ਪਏ ਹੈ, ਉਹ ਨਵਾਂ ਘੋੜਾ ਲੈਣ ਲਈ ਪਿਛਾਂਹ ਨੂੰ ਦੌੜਦੇ ਹਨ। ਪਰੰਤ ਏਕ ਆਏ ਹੈ, ਅਤੇ ਇੱਕ ਹੋਰ ਆ ਕੇ ਸੂਰਮੇ ਅੱਗੇ ਪੈਂਦੇ ਨੇ, ਗੁਰੂ ਕੇ ਸਿੱਖਾਂ ਨਾਲ ਜੰਗ ਕਰਦੇ ਹਨ। ਕੋਲਾਹਲ ਹਲਾਹਲੀ, ਕੋਲਾਹਲੰ ਹਲਾਹਲੀ, ਇਵੇਂ ਬੜੀ ਕੋਲਾਹਲ ਮੱਚ ਗਈ ਹੈ, ਬਹੁਤ ਹੀ ਹੱਲੇ ਦੀਆਂ ਆਵਾਜ਼ਾਂ ਆਉਂਦੀਆਂ ਹਨ, ਹਲਚਲ ਜੀ ਪੈਦਾ ਹੋ ਗਈ ਸਭ ਦੇ ਅੰਦਰ। ਬਲੀਨ ਮੈਂ ਹੱਲਾ ਚਲੀ, ਬਲੀਨ ਮੈਂ ਚਲਾ ਚਲੀ, ਜਿਹੜੇ ਬਲੀਨ ਬੜੇ ਬਲ ਵਾਲੇ ਸੂਰਮੇ ਸਨ, ਜਿਹੜੇ ਜੈਰੀ ਦੇ ਨਾਰੇ ਲਾਉਂਦੇ ਆ ਰਹੇ ਸੀ ਪਹਿਲੇ ਹੱਲੇ ਹੀ ਘੇਰ ਲਾਂਗੇ ਸਿੱਖਾਂ ਨੂੰ, ਉਹਨਾਂ ਦੇ ਵਿੱਚ ਚਲਾ ਚਲੀ ਹਲਚਲ ਜੀ ਮੱਚ ਗਈ, ਹਫੜਾ ਦਫੜੀ। ਸੋ ਜ਼ੋਰ ਪਾਏ ਆਵਤੇ, ਤੁਰਕ ਤਾਂ ਬੜਾ ਜ਼ੋਰ ਜਿਹਾ ਪਾ ਕੇ ਕਰਤਾਰਪੁਰ ਵੱਲ ਨੂੰ ਹਮਲਾ ਕਰਨ ਦੇ ਲਈ ਜੋਟਾ ਜਿਹਾ ਬਣਾ ਕੇ ਜਥਾ ਜਿਹਾ ਬਣਾ ਕੇ ਆਉਂਦੇ ਨੇ। ਫਿਰ ਅੰਤ ਲਾਗ ਕਾਵਤੇ, ਪਰ ਜਦੋਂ ਅੱਗੇ ਉਸ ਗੁਰੂ ਦੇ ਸੂਰਮੇ ਆਪਣਾ ਵਾਰ ਕਰਦੇ ਹਨ ਤਾਂ ਫਿਰ ਘਾਹ ਖਾ ਕੇ ਫਿਰ ਜ਼ਖਮੀ ਹੋ ਕੇ ਉੱਥੇ ਹੀ ਅਟਕ ਜਾਂਦੇ ਹਨ, ਠਹਿਰ ਜਾਂਦੇ ਨੇ ਜਿਨ੍ਹਾਂ ਦੇ ਕੋਈ ਜ਼ਖਮ ਲੱਗ ਜਾਂਦਾ। ਨਾ ਤੀਰ ਹੋਣ ਪਾਵਤੇ, ਬੜਾ ਜ਼ੋਰ ਕੀਤਾ ਪਰ ਕਰਤਾਰਪੁਰ ਸਾਹਿਬ ਦੇ ਨੇੜੇ ਵੀ ਨਹੀਂ ਇਹਨਾਂ ਦੇ ਕੋਲ ਹੋਇਆ ਗਿਆ ਕਿਸੇ ਕੋਲ। ਸੋ ਚਾਰ ਹੋਰ ਧਾਵਤੇ, ਚਾਰ ਸਫੇਰੇ ਹੀ ਭੱਜਦੇ ਨੇ ਵੀ ਚਲੋ ਇਸ ਪਾਸੇ ਨਹੀਂ ਤੇ ਦੂਜੇ ਤੀਜੇ ਚੌਥੇ, ਪਰ ਜਿੱਧਰੋਂ ਵੀ ਭੱਜ ਕੇ ਕਰਤਾਰਪੁਰ ਦੇ ਵਿੱਚ ਵੜਨਾ ਚਾਹੁੰਦੇ ਨੇ ਤੁਰਕ ਉਧਰੋਂ ਹੀ ਮੂੰਹ ਤੋੜਵਾਂ ਜਵਾਬ ਮਿਲਦਾ ਹੈ। ਪਰੰਤ ਹੂ ਦੇ ਕੈ, ਉਸ ਵੇਲੇ ਗੁਰੂ ਕੇ ਸੂਰਮੇ ਜਿਹੜੇ ਹਨ ਜਦੋਂ ਇਹ ਹਮਲਾ ਕਰਦੇ ਨੇ ਉਸੇ ਵੇਲੇ ਹੀ ਅੱਗੋਂ ਜਵਾਬ ਦਿੰਦੇ ਹਨ। ਪਰੰਤ ਹੂਹ ਦੇ ਕੈ, ਹੁਕਮ ਦੇ ਕੇ ਅੱਗੋਂ ਪੈਂਦੇ ਹਨ। ਮੁਰੰਤ ਕਾ ਵਖੇ ਕੈ, ਪੈਂਦੇ ਤਾਂ ਬੜੀ ਹੂਕ ਦੇ ਗਏ ਆ ਵੀ ਫੜ ਲਓ ਜਾਣ ਨਾ ਦਿਓ, ਪਰ ਮੁੜਦੇ ਨੇ ਫਿਰ ਜ਼ਖਮੀ ਹੋ ਕੇ ਜਦੋਂ ਮੂੰਹ ਤੇ ਵੱਜਦੀ ਹੈ ਤੁਰਕਾਂ ਦੇ। ਬੇਲੰਤ ਕੋਪ ਧਾਰ ਹੀ, ਇਸ ਤਰ੍ਹਾਂ ਗੁਰੂ ਕੇ ਸੂਰਮੇ ਬੜਾ ਵੀਰ ਰਾਸ ਧਾਰਨ ਕਰਕੇ ਚਾਰ ਮਾਰ ਮਾਰ ਹੀ, ਮਾਰ ਲਓ ਦੀਆਂ ਆਵਾਜ਼ਾਂ ਕਹਿੰਦੇ ਹਨ ਵੀ ਜਾਣ ਨਾ ਪਾਉਣੇ ਹੁਣ ਤੁਰਕ ਜਿਹੜੇ ਮੁਸਲੇ ਦਾਏ ਨੇ। ਲੱਗੇ ਤੁਫੰਗ ਤੀਰ ਹੀ, ਲੱਗੇ ਤੁਫੰਗ ਤੀਰ ਹੀ, ਗੋਲੀਆਂ ਚੱਲਦੀਆਂ ਨੇ ਤੇ ਬੜੀ ਛੇਤੀ ਜਾ ਕੇ ਵੱਜਦੀ ਹੈ। ਨਿਰੰਤ ਤੀਰ ਵੀਰ ਹੀ, ਤੇ ਵੱਡੇ ਵੱਡੇ ਵੀਰ
जड़े हैं वह धीरज धारी भी धरती दे डिगदे पेंदे हैं। परे तुरंग सूरमा सूरमे घोड़िया के समय समेत ही डिग रहे ने जिन्हों के गोलियां वजदिया ने। बिलंत जात तूरमा जेड़े घोड़िया के चढ़े हुए आ रहे सी छाला मार दे धूड़ विच मिल गए सारे। देखंत ना अंधेर में एक तो हनेरे का समा है ते कुछ दिखदा ही नहीं है। तवाए जित रेर में ते पहले अगले जेड़े ने मैदान विच डिग पए ने जेड़े पिछियों घोड़े नू दड़ा करके आंदे हन मगरों। गिरंत ताहे उपरे तवाए जे दरेर में जो जेड़े पिछों आंदे है ना तो जेडे कोई बचे ने अगे गए हुए डिगे हुए घोड़िया तो वह भी दरड़ मरड़ जो हो गए उत्थे ही मर जाते हैं। तो घोड़िया के चढ़े हुए सूरमे भी धरती के उत्ते ही डिग पैंदे ने। बिना हते सो पूर पै इस तरह बिना मारे गुरु के सिखा दे बहुत धरती के डिग पे एक दूजे के उत्ते। दरंत पाए संगते दरंत पाए संगते ते कहिंदे भी इस प्रकार दे नाल पैरां दे नाल दुरंत की हुंदा दले जा रहे मसले जा रहे ने घोड़िया दे सुंबां दे नाल ही कई मसले गए किसी दे सिर विच वज्जी आ के भी जिहड़ा पहला कोई डिग्गा जख्मी हो गए डिग्गा सी पर मगरों जिहड़े घोड़े आ रहे ने उन्हां दे सुंब वज्जण दे नाल किसी दा सिर मिध्या गया किसी दा पेट पाड़ गया एवें मरी जा रहे हन। बुलाए कै तुरंग ते इस तरह जिहड़े घोड़े दौड़ रहे हन उन्हां दे नाल भी बड़े तुरक मारे गए। तुफंग के तड़ाक हवै इस प्रकार जदों गोलियां चलदियां ते तड़ाक दी आवाज़ आउंदी है। खतंग के सड़ाक हवै ते जदों खतंग तीर चलदे ने ते सरल सरल दीआं आवाज़ां सुन दिया ने। मचो कमांड कोर ही एदा बड़ा ही कमांड भयानक जंग मच गया। मरे न तुंड मोर ही मरे न तुंड मोर ही जेड़े मरदे ने पिछे नू उन्हां नू मुंह मोड़न दा भज्जण दा समा नहीं मिलदा। केतक त्रास पाए कै कई तां जदों वेखिया भी जेड़ा भी गया है वापस नहीं मुड़िया उह डरन लग पए। ना होत समा होए कै उह कहिंदे आपां की लैणा सामणे हो गए बल्ले बल्ले जो खबे सजे जिन हो जाते हैं। डरंत आन तो अगे हमला करन तो टल के दे होर ही किसे पासे सूरमे हैं ओ ऐसा उन्होंने हमला किया भी जेड़े वैरी ने प्रहान कह गुमान को भी जेड़े गुमान धार करके हमला करना चाहते सन बजे पछा मुड़ गए लुक गए। बजे जुझाऊ बादता बजे जुझाऊ बादता सो इस प्रकार दे नाल जुझारू जंग दे विच उत्साह बुझाउण वाले बाजे वज रहे ने। तंग जंग नादता ते जंग दे विच उची उची आवाज सुनाई दिंदी है। प्रचार वीर आवते वीर एक दूजे नू प्रचार दे होए प्रेर दे होए भी वध जो अगे चढ़ जो फड़ लो मार लो इदा प्रचार कर दे आ रहे ने। मरै तुफंग कावते ते जेड़ा अगे वधदा हुंदा है गुरु दे सूरमियां दी गोली दे घा दे नाल मर के धरती ते डिगदा है। बेलंब नाला गंत है कहिंदे मरदियां डिगदियां देर नहीं लगदी। चटापटी जुझंत है चटापटी जुझंत है ਜਿਹੜੇ ਜੂਝਦੇ ਹਨ ਧਰਤੀ ਦੇ ਡਿੱਗਦੇ ਹਨ। ਵਿਸ਼ਾਲ ਸ਼ੋਰ ਮਚਿਓ ਇਹ ਬਹੁਤ ਭਿਆਨਕ ਜੰਗ ਦੇ ਵਿੱਚ ਸ਼ੋਰ ਮਚ ਗਿਆ। ਲਹੂ ਸਤੂਲ ਰਚਿਓ ਤੇ ਜਿੰਨਾ ਵੀ ਲਹੂ ਸੀ ਸੂਰਮਿਆਂ ਦਾ ਉਹ ਧੂੜ ਦੇ ਵਿੱਚ ਰਚ ਮਿਚ ਗਿਆ ਧਰਤੀ ਖੂਨ ਨਾਲ ਭਿੱਜ ਗਈ। ਦੋਹਰਾ ਇਸ ਪ੍ਰਕਾਰ ਸੰਗਰ ਮਚਿਓ ਇਸ ਪ੍ਰਕਾਰ ਸਾਧ ਸੰਗਤ ਬੜਾ ਭਿਆਨਕ ਘਮਸਾਨ ਦਾ ਯੁੱਧ ਮਚ ਗਿਆ। ਤਿਮਰ ਜਾਮਨੀ ਮਾਹੇ ਤਿਮਰ ਜਾਮਨੀ ਮਾਹੇ ਰਾਤ ਦੇ ਹਨੇਰੇ ਵਿੱਚ ਲੜਾਈ ਸ਼ੁਰੂ ਹੋ ਗਈ ਹੈ। ਤੁਖੇ ਪਲੀਤੇ ਬ੍ਰਿੰਦ ਹੀ ਤੇ ਤੁਖੇ ਪਲੀਤੇ ਬ੍ਰਿੰਦ ਹੀ ਰਾਤ ਦਾ ਸਮਾਂ ਇਹਦੇ ਪਲੀਤੇ ਬਹੁਤ ਸਾਰੇ ਧੁਖਦੇ ਨੇ। ਪਲੀਤਾ ਇਉਂ ਵੀ ਜਿਵੇਂ ਹੁਣ ਤਾਂ ਹੁੰਦਾ ਨਾ ਵੀ ਘੋੜਾ ਜਿਹਾ ਨੱਪਿਆ ਦੇ ਉੱਚੋਂ ਫੈਰ ਨਿਕਲਦਾ ਹੈ ਪਹਿਲਾਂ ਉਹ ਬੰਦੂਕ ਦੇ ਵਿੱਚ ਗੋਲੀਆਂ ਠੋਕਣੀਆਂ ਪੈਂਦੀਆਂ ਸਨ ਮਸਾਲਾ ਅਤੇ ਠੋਕ ਕੇ ਦੇ ਨਾਲ ਜਿਹੜਾ ਜਿਵੇਂ ਹੁਣ ਆ ਪਟਾਕਿਆਂ ਜਿਹਾ ਦਾ ਫੀਤਾ ਜਿਹਾ ਹੁੰਦਾ ਇੱਦਾਂ ਦਾ ਪਲੀਤਾ ਜਿਹਾ ਹੁੰਦਾ ਸੀ ਉਹ ਪਲੀਤਾ ਬੰਦੂਕ ਤੋਂ ਬਾਰ ਬਾਰ ਕਲਾ ਥਾਣੀ ਕੱਢਿਆ ਹੁੰਦਾ ਸੀ। ਕਲਾ ਇੱਕ ਟੋਪੀ ਜਿਹੀ ਹੁੰਦੀ ਬੰਦੂਕ ਦੇ ਵਿੱਚ ਅਤੇ ਉਹਦੇ ਵਿੱਚੋਂ ਬਾਹਰ ਕੱਢਦੇ ਫਿਰ ਉਹਨੂੰ ਤੋੜਾ ਧੁਖਾ ਕੇ ਅੱਗ ਜੀ ਲਾ ਕੇ ਬੋਰੇ ਦੇ ਨਾਲ ਲਾਉਂਦੇ ਅਤੇ ਜਦੋਂ ਅੱਗ ਲੱਗਦੀ ਹੈ
ते फिर वो धुखदा है हनेरे विच देखदा है चानण हुंदा है एवें धुखे पलीते ब्रेंदी ब्रेंद बहुते ज्यादे पलीते धुखदे हन उठे शब्द बड जाहे ते जदों फिर पलीता धुख के दे मसाले तीकर बरूद तीकर जांदा है एकदम फिर विचों गोई एक फायर निकलदा है बंदूक विचों बड़ा भारी शब्द बड़ी भारी आवाज आउंदी है ते जाके वैरियां दे वजदी है ते तुरंत ही धरती ते डिगदे हन एवें रात दे पिछले पैर साध संगत करतारपुर तों बार बार छोटे मीरपुर ते करतारपुर दे विचकार घमसान दा जिहड़ा जंग है युद्ध है आरंभ हो गया है गुरु के सूरमियां ने मोड़वां जवाब दिता है बहुते तुरक जिहड़े ने अगे डिगे ने जिहड़े मगरले आउंदे उहनां नूं फेई जा रहे ने अपने आप ही कईआं नूं मारी जा रहे हन क्योंकि रात के समय दिखता कुछ नहीं है कुरबल कुरबल हो रही है तुरकों की फौज की गिणती ज्यादा अपने आप ही नहीं संभाल पा रहे तो इधरों कुछ गुरु के सूरमे मूँह मोड़ी जा रहे हैं जिमें इस तरह रात का घमसान का युद्ध जारी रहा है जिमें कले कले सूरमे जोड़े जरनैलों के जंग के प्रसंग कवि जी ने लिखे हैं आप आने वाले समय सरवण करांगे गुरु महाराज गुरु हरगोबिंद साहब के जीवन के ये वीर असी इतिहास में कहते हैं सुनते हैं हुई अनेक भुला गलतियां बख्श देनिया गुरु महाराज गुरु की संगत बख्शनहार है बख्श लैना फतेह की सांझ पाइए दोहरा इस प्रकार संगर मचियो ते मर जा मनी माहे तुखे पली ते ब्रेंद ही उठे शब्द बढ़ जाहे वाहे गुरु जी की फतेह।